ਸਰ ਕੀ ਇਹਨਾਂ ਕਾਰਨਾ ਵਿੱਚ ਇੱਕ ਬੰਬੀਆ ਬੋਲਾ ਵੀ ਜਿਹੜਾ Song ਸੀ ਸਿੱਧੂ ਮੂਸੇਵਾਲਾ ਜੋ ਗਾਇਆ ਗਿਆ ਸੀ ਕਿ ਉਹ ਵੀ ਕਾਰਨ ਸੀ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਕੋਈ ਅ ਸਿੱਧੂ ਨਾਲ ਨਾਰਾਜ਼ਗੀ ਸੀ ਕਿ ਤੁਸੀਂ 2 ਦਿਨ ਬਾਅਦ ਲਾਰੈਂਸ ਨੂੰ ਤੁਸੀਂ ਫੜ ਲਿਆ ਹੁਣ ਇੱਥੇ ਸਵਾਲ ਵੀ ਚੁੱਕੇ ਗਏ ਨੇ ਕਿ ਵੀ ਦਿੱਲੀ ਪੁਲਿਸ ਨੇ ਅਸਲੀ ਫੜਿਆ ਕਿਉਂਕਿ ਇਹ ਕਵਰ ਅਪ ਕਰ ਰਹੀ ਸੀ ਕਿ ਲਾਰੈਂਸ ਐਕਚੁਅਲੀ ਦਿੱਲੀ ਦੀ ਜੇਲ੍ਹਾਂ ਚੋਂ ਬੈਠ ਕੇ ਕ੍ਰਾਈਮ ਰਨ ਕਰ ਰਿਹਾ ਸੀਗਾ ਉਹਨਾਂ ਦਾ ਸਿੰਡੀਕੇਟ ਤਾਂ ਬਹੁਤ ਵੱਡਾ ਲਾਰੈਂਸ ਦੇ 400 ਤੋਂ ਕੋਕੀਅਸ ਨੇ ਉਹਦੇ ਅਲੱਗ-ਅਲੱਗ ਮੁਕੱਦਮਿਆਂ 'ਚ ਉਨਨਾਂ ਦੇ ਅੱਗੇ ਤੁਸੀਂ ਲਾ ਲਓ ਐਸੋਸੀਏਟ ਦਾ ਪਛਾ 4000 ਦੀ ਬੰਦੇ ਨੰਬਰ ਇਹਨਾਂ ਦਾ ਆਖਿਰ ਕੀਤਾ ਕਿਉਂ ਗਿਆ ਬਿਲਕੁਲ ਤੁਸੀਂ ਕਾਫੀ ਸਮਾਂ ਲਾਰੈਂਸ ਨਾਲ ਉਹਨਾਂ ਇੰਟਰੋਗੇਸ਼ਨ ਜਾਂ ਚੋਰ ਦਾ ਟਾਈਮ ਸਪੈਂਡ ਕੀਤਾ ਹੈ ਉਹਦੇ ਚੋਂ ਇੱਕ ਕਲੈਰਿਟੀ ਦੇ ਸਕਦੇ ਹੋ ਕਿ ਆਖਿਰੇ ਹੋਇਆ ਕਿਉਂ ਬੰਦਰਬ ਬੀਹਾ ਵੀ ਜਿਹੜਾ ਸੀਗਾ ਉਹ ਵੀ ਉਸ ਏਰੀਏ ਦਾ ਉਹ 60 70 ਕਿਲੋਮੀਟਰ ਤੇ ਉਹ ਬੰਦੀਹਾ ਵਾਲਾ ਪਿੰਡ ਦਾ ਸੀਗਾ ਤੇ ਉਹ ਰਾਈਵਲ ਗੈਂਗ ਸੀ ਲਾਰੈਂਸ ਉਹਨਾਂ ਦਾ ਜਿਹੜਾ ਲਾਰੈਂਸ ਨਾਲ ਬੰਦੇ ਵੀ ਉਸ ਏਰੀਏ ਦੇ ਹੀ ਨੇ ਸਰ ਇੱਕ ਚੀਜ਼ ਮੈਨੂੰ ਜਾਂਦੇ ਕਿ ਜੇਲ੍ਹ ਦੇ ਅੰਦਰ ਗੈਂਗਸਟਰ ਬੜੀ ਐਸ਼ੋ ਰਾਮ ਨਰਨ ਦੇ ਵੀਆਪੀ ਸੈਲ ਹੁੰਦੇ ਹੈ ਇਹਨਾਂ ਕੋਲ ਇੰਨਾ ਪੈਸਾ ਹੁੰਦਾ ਕਿ ਇਹਨਾਂ ਦੀ ਸੇਵਾ ਹੋ ਰਹੀ ਹੁੰਦੀ ਹੈਗੀ ਸੋ ਸਭ ਕੁਝ ਹੀ ਅਵੇਲੇਬਲ ਹੁੰਦਾ ਸੋ ਅਰਾਈਵਲ ਗੈਂਗਸਟਰ ਨੇ ਉਹਨਾਂ ਤੋਂ ਡਰਾ ਕਈ ਖਾਣਾ ਨਹੀਂ ਖਾਂਦੇ ਨੂੰ ਲੱਗਦਾ ਪੌਇਜ਼ਨ ਕਰਤਾ ਸਾਡੇ ਸਾਥੀਆਂ ਨੇ ਇਹ ਬਾਹਰ ਜਿਹੜਾ ਲੱਗਦਾ ਠੀਕਾ ਕੋਰਟ ਦੀ ਪੇਸ਼ੀ ਚ ਪੇਅਰ ਹੋਇਆ ਕੱਪੜੇ ਸਿਵਲ ਪਾਏ ਹੋਏ ਨੇ ਕਿਸੇ ਨੇ ਬ੍ਰਾਂਡਡ ਟੀ-ਸ਼ਰਟ ਪਾ ਲਈ ਤੇ ਉਹਨੂੰ ਦੇਖ ਕੇ ਤੂੰ ਸੋਚੋ ਵੀ ਅੰਦਰ ਬੜੀ ਐਸ਼ ਕਰ ਰਿਹਾ ਤਾਂ ਅੰਦਰ ਤਾਂ ਜੇਲ੍ਹ ਵਾਲੇ ਕੱਪੜੇ ਪਾਏ ਹੋਏ ਨੇ ਸੋ ਤੁਹਾਨੂੰ ਵੀ ਲੱਗਦਾ ਕਿ ਇਹ ਸਿਰਫ 뮤직 ਇੰਡਸਟਰੀ ਨਹੀਂ ਇਹ ਕਾਫੀ ਇਸ ਗੌਨ ਬਿਯੋਂਡ ਮਤਲਬ 뮤직 ਇੰਡਸਟਰੀ ਤੋਂ ਅੱਗੇ ਕਾਫੀ ਵੱਧ ਚੁੱਕਾ ਹੈ ਲੌਰੈਂਸ ਨਮੇ ਸੀਗਾ ਕਿ ਵੀ ਹਾਂ ਇਹਨਾਂ ਨੂੰ ਹੋਇਆ ਕਿ ਬਈ ਸ਼ਗਨਪ੍ਰੀਤ ਨੇ ਇੰਨਾ ਰੋਲ ਪਲੇ ਕੀਤਾ ਤੇ ਕਿਉਂਕਿ ਉਹ ਸਿੱਧੂ ਦੇ ਜਿਹੜੇ ਸੀ ਥੋੜੇ ਬਹੁਤ ਅਫੇਰ ਉਹਦੇ ਦੇਖਦਾ ਵੀ ਸੀਗਾ ਸੋ ਜਿਹੜੀ ਜੇਲ ਪੁਲਿਸ ਹੁੰਦੀ ਹੈ ਉਹ ਢੇਲੀ ਪੁਲਿਸ ਅੰਦਰ ਨਹੀਂ ਆਉਂਦੀ। ਬਿਲਕੁਲ ਨਹੀਂ ਹੈ। ਜਿਹੜੀ ਰਿਕਰੂਟਮੈਂਟ ਬੜੀ ਸੌਖੀ ਹੋ ਗਈ ਹੈ। ਨਵੇਂ ਬੱਚੇ ਲਿਆਣੇ ਕੋਈ ਸੋਸ਼ਲ ਮੀਡੀਆ ਤੇ ਪਾਓ। ਲੋਕੀ ਮੈਸੇਜ ਕਰਦੇ ਸੋ ਨੈਟਵਰਕ ਫੈਲੀ ਜਾ ਰਿਹਾ ਇਸਕੋ। ਸਚਿੰਦ ਮਹਿਵਾਨੀ ਦਾ ਜਿਹੜਾ ਫੇਸਬੁੱਕ ਪੇਜ ਹੈ ਉਹ ਤੇ 5000 ਰਿਕਵੈਸਟ ਆਈਆਂ ਹੁਣੇ ਬਾਅਦ। ਪੇ ਉਹ ਜਿਵੇਂ ਕਹਿੰਦੇ ਨਾ ਸਵੇਰ ਦਾ ਪੁਲੇ ਸ਼ਾਮੀ ਘਾਰ ਆ ਜਾ ਇੱਥੇ ਘਰ ਆਂਦਾ ਰਸਤਾ ਨਹੀਂ ਹੈਗਾ। ਸੋ ਜਦੋਂ ਸਚਿੰਦ ਥਾਪਨ ਦੀ ਕਾਲ ਆਈ ਬਾਰੋਂ ਤੇ ਉਹਨੇ ਕਲੇਮ ਕੀਤਾ ਕਿ ਅਸੀਂ ਕਰਵਾਇਆ ਤੇ ਸਾਡੇ ਕੋਲੇ ਕਾਫੀ ਸਾਰ ਜੱਗੂ ਤੇ ਲੱਗਿਆ ਹੋਇਆ ਕਾਲੇ ਜਥੇੜੀ ਦੇ ਲੱਗਿਆ ਸੰਪਤ ਨਹਿਰਾ ਰਾਜੂ ਬਸੋਦੀ ਇਹਨਾਂ ਦੇ ਜਿੰਨੇ ਸਾਥੀ ਨੇ ਮਤਲਬ ਨਮ ਕਾਲਾ ਰਾਣਾ ਹੈਗਾ ਨਰੇਸ਼ ਸੇਠੀ ਹੈ ਸਾਰਿਆਂ ਤੇ ਲੱਗਿਆ ਹੋਇਆ ਇਹ ਤਾਂ ਇੱਕ ਬਿਲਕੁਲ ਹੀ ਚੈਲੰਜ ਟੂ ਲਾ ਐਂਡ ਆਰਡਰ ਹੋ ਗਿਆ ਨਾ ਕਿ ਬਟ ਤੁਸੀਂ ਇਹਦੇ ਗਾਣਿਆਂ ਨਾਲ ਜੁੜੇ ਹੋਏ ਸੀ ਉਹ ਫੋਲੋਇੰਗ ਹਿਸ ਸongs ਐਕਚੁਅਲੀ ਸੱਚ ਦੱਸਾਂ ਤਾਂ ਮੈਨੂੰ ਪਤਾ ਸੀ ਕਿ ਸਿੱਧੂ ਮੂਸੇਵਾਲਾ ਕਿਉਂਕਿ ਮੇਰਾ ਪਿੰਡ 50 60 ਕਿਲੋਮੀਟਰ ਦੂਰੀ ਹੈਗਾ ਉਸ ਏਰੀਆ ਤੋਂ ਕਿਉਂਕਿ ਗੈਂਗਸ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਕਿ ਜੇ ਉਹਨਾਂ ਦੇ ਆਪੋਨੈਂਟ ਗੈਂਗ ਨੇ ਵੀ ਕੋਈ ਵਾਰਦਾਤ ਕਰਵਾਈ ਆ ਤਾਂ ਉਹਨਾਂ ਨੂੰ ਪਤਾ ਰਹਿੰਦਾ ਕਿ ਉਹ ਸ਼ੂਟਰ ਕਿੱਥੋਂ ਆ ਸਕਦੇ ਆ ਉਹਦੇ ਤੇ ਕਾਫੀ ਕੰਮ ਕੀਤਾ ਸੀ ਜਿਹੜੇ ਨਜ਼ਰ ਆਈ ਬਲ ਗੈਂਗਾ ਕੌਸ਼ਲ ਚੌਧਰੀ ਜਾਂ ਨੀਰਜ ਬਵਾਨਾ ਇਹਦਾ ਕੀ ਹੁੰਦਾ ਜਿਹੜਾ ਕਰਨਾ ਪੈਂਦਾ ਮਤਲਬ ਲਾਈਕ ਹਾਊ ਡੂ ਯੂ ਡੂ ਕਿ ਜਿਹੜੇ ਇਹਨਾਂ ਦੇ ਸਿੰਡੀਕੇਟ ਦੇ ਮੈਂਬਰ ਸੀ ਜੇਲ੍ਹਾਂ 'ਚ ਉਹਨਾਂ ਨੂੰ ਬਹੁਤ ਕੁਐਸਚਨ ਕੀਤਾ ਕਾਫੀ 14-15 ਜੇਲ੍ਹਾਂ ਤੇ ਕੰਮ ਕੀਤਾ ਜਿਹੜੇ ਵੈਪਨ ਸਪਲਾਈਅਰ ਪੁਰਾਣੇ ਰਹੇਗੇ ਵੈਪਨ ਵੱਡਾ ਸੀ ਪਿਸਟਲ ਵਗੈਰਾ ਹੁੰਦਾ ਤਾਂ ਫਿਰ ਵੀ ਤੁਸੀਂ ਇੰਨਾ ਨਹੀਂ ਕਰ ਸਕਦੇ ਸਿੱਧੂ ਦਾ ਪਿੰਡ ਵੀ ਨੇੜੇ ਹੀ ਸੀਗਾ ਉਹ ਜੀਨੇ ਸਾਨੂੰ ਗੋਲੀ ਚਲਾਈ ਉਹ ਉੱਥੇ 10-15 ਕਿਲੋਮੀਟਰ ਦੂਰ ਲਈ ਸੀਗਾ ਸਿਕਾ ਜੀ ਤੁਸੀਂ ਇਦਾਂ ਦੇਖਿਆ ਕੋਈ ਕਦੀ ਤੁਹਾਡਾ ਪੁਰਾਣਾ ਤੁਸੀਂ ਦੇਖਿਆ ਗੈਂਗਸਰ ਅੱਜ ਅੱਜ ਸਿਆਸਤਦਾਨ ਬਣ ਗਿਆ ਜਿੱਤਾ ਕੁਰਤਾ ਜਮਾ ਪਾ ਲਿਆ ਹੈਗਾ ਮਤਲਬ ਇੱਕ ਬੰਦਾ ਬੈਠਾ ਦੁਬਈ 'ਚ ਸ਼ੂਟਰ ਆਰਗੇਨਾਈਜ਼ ਕਰ ਰਿਹਾ ਹੈ ਕੈਨੇਡਾ ਬੈਠਾ ਇੱਕੇ ਦਾ ਭਰਾ ਉਹ ਵੀ ਬਾਹਰ ਬੈਠਾ ਇੱਕ ਇਹਨਾਂ ਦਾ ਬੰਦਾ ਹੋਰ ਦੁਬਈ ਬੈਠਾ ਵਿਕਰਮ ਰਾੜ ਅੱਲਾ ਨਾਲ ਦੇਖ ਸਾਥ ਆਈ ਅਸੀਂ థਾਈਲੈਂਡ ਤੋਂ ਲੈ ਕੇ ਆਂਦੇ ਕਾਲਾ ਰਾਣਾ ਬਿਕੋਜ਼ ਇਸ ਨੂੰ ਇੱਕ ਅੰਤਕ ਰੰਗਤ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਐ ਸੋ ਵਿੱਚ ਔਰ ਜੇ ਅਸੀਂ ਬਾਣੀ ਨੂੰ ਸਮਝੀਏ ਜਾਂ ਪੜ੍ਹੀਏ ਇਹਦਾ ਕੋਈ ਥਾਂ ਨਹੀਂ ਉਹਦੇ ਵਿੱਚ ਸੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੀ ਜਦ ਮੌਤ ਹੋਈ ਉਸ ਦੀ ਮੌਤ ਤੋਂ ਬਾਅਦ ਐਸੇ ਲੋਕ ਉਸ ਨਾਲ ਜੁੜੇ ਜਿਨ੍ਹਾਂ ਨੇ ਸ਼ਾਇਦ ਉਸਤੇ ਗਾਣੇ ਵੀ ਨਹੀਂ ਸੁਨੇ ਸਕੇ ਅਸੀਂ ਪੰਜਾਬ ਵਿੱਚ ਬੈਠੇ ਬਹੁਤ ਰੋਏ ਪਰ ਕਈ ਲੋਕ ਜਿਨ੍ਹਾਂ ਤੋਂ ਅਸੀਂ ਉਮੀਦ ਨਹੀਂ ਰੱਖ ਸੇ ਸੀ ਕਿ ਉਸ ਦੀ ਮੌਤ ਨਾਲ ਇਹਨਾਂ ਚ ਜੋੜੇ ਜਾਣਗੇ ਉਹਨਾਂ ਨੇ ਵੀ ਕੁਝ ਇਹੋ ਜੇ ਕੰਮ ਕੀਤੇ ਤੇ ਅੱਜ ਅਸੀਂ ਦਿੱਲੀ ਬੈਠੇ ਆ ਸਪੈਸ਼ਲ ਕਮਿਸ਼ਨਰ ਸਪੈਸ਼ਲ 셀 ਹਰ ਗੋਬਿੰਦਰ ਸਿੰਘ ਤਾਲੀਵਾਲ ਜੀ ਨਾਲ ਜਿਨ੍ਹਾਂ ਨੇ ਆਪਣੇ ਇੱਕ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਨੂੰ ਪਿੱਛੇ ਛੱਡ ਕੇ ਸਿੱਧੂ ਦੇ ਕਾਤਲਾਂ ਨੂੰ ਫੜਨ ਵਿੱਚ ਬਹੁਤ ਗੜੀ ਮਿਹਨਤ ਕੀਤੀ ਸਰ ਸਾਦਨਾਲ ਵਕਤ ਜੁੜਨ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਤੇ ਸਵਾਲ ਬੜਾ ਉੱਠਦਾ ਹੈ ਕਿ ਤੁਸੀਂ ਇੰਨੀ ਜ਼ਿਆਦਾ ਜੋ ਤੁਸੀਂ ਮੇਰੇ ਖਿਆਲ ਅਜੇ ਨਵੀਂ ਨਵਾਂ ਅਹੁਦਾ ਸੰਭਿਆ ਹੀ ਸੀਗਾ ਇੰਨੀ ਜ਼ਿਆਦਾ ਮਿਹਨਤ ਕੀਤੀ ਉਸ ਕੇਸ ਤੇ ਜੋ ਤੁਹਾਡੇ ਕੇਸ ਤੁਹਾਡੇ ਦਾਇਰੇ ਵਿੱਚ ਵੀ ਨਹੀਂ ਸੀਗਾ ਇਹ ਦੋ ਤਿੰਨ ਕਾਰਨ ਅਸੀਂ ਕਹਿ ਸਕਦੇ ਹਾਂ ਇੱਕ ਤਾਂ ਇੱਕ ਤਾਂ ਪ੍ਰੋਫੈਸ਼ਨਲ ਕਾਲੀ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਜਦੋਂ ਕੋਈ ਵੱਡਾ ਕੇਸ ਹੁੰਦਾ ਚਾਹੇ ਉਹ ਸਾਡੇ ਏਰੀਆ 'ਚ ਨਾ ਵੀ ਹੋਏ ਮੇਰੀ ਸ਼ੁਰੂ ਤੋਂ ਆਤ ਰਹੀ ਹੈ ਮੈਂ ਆਪਣੀ ਇੱਕ ਟੀਮ ਨੂੰ ਨਾਰਮਲੀ ਉਹਦੇ ਤੇ ਲਗਾ ਹੀ ਦੇਣਾ ਸੀ ਇਹਦੇ ਚ ਲਾਅ ਕੀ ਕਹਿੰਦਾ ਹੈਗਾ ਲਾਅ ਇਹ ਕਹਿੰਦਾ ਵੀ ਜੇ ਕਿਸੇ ਦਾ ਕੇਸ ਆ ਸੀ ਠੀਕਾ ਮੌਕੇ ਤੇ ਨਹੀਂ ਜਾਣਾ ਜਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਚਾਹੀਦੀਆਂ ਬਟ ਜੇ ਸਾਨੂੰ ਅਸੀਂ ਉਹਦਾ ਕਿਲਰ ਹੀ ਫੜ ਕੇ ਦੇ ਦਈਏ ਜਾਂ ਜਿਹਨੇ ਬਲਾਸਟ ਕੀਤਾ ਉਹ ਹੀ ਫੜ ਕੇ ਦੇ ਦਈਏ ਤਾਂ ਅਸੀਂ ਫੜਾਂਗੇ ਫੜ ਕੇ ਉਹਨਾਂ ਨੂੰ ਟ੍ਰਾਂਸਫਰ ਕਰ ਦੇਵਾਂਗੇ ਬਟ ਜਰੂਰ ਤੁਸੀਂ ਇਹੋ ਜੀ ਕੋਈ ਵੀ ਚੀਜ਼ ਕਰੋਗੇ ਤਾਂ ਤੁਹਾਨੂੰ ਆਪ ਵੀ ਕਾਫੀ ਚੀਜ਼ਾਂ ਪਤਾ ਲੱਗਣਗੀਆਂ ਉਹ ਅਲਟੀਮੇਟਲੀ ਸਾਨੂੰ ਵੀ ਹੈਲਪ ਕਰੇਗਾ ਜਿਵੇਂ ਹੁਣ ਇਹਨਾਂ ਦਾ ਹੀ ਸਿੰਡੀਕੇਟ ਸੀਗਾ ਜੇਸੀ ਇਹਦੇ ਚ ਬੜੇ ਦਾ ਅਸੀਂ ਹੋਰ ਬਹੁਤ ਚੀਜ਼ਾਂ ਸਾਨੂੰ ਮਿਲੀਆਂ ਜਿਹੜੀਆਂ ਫਿਊਚਰਸ ਦਿੱਲੀ ਨੂੰ ਸੇਫ ਰੱਖਦੀਆਂ ਪਰ ਇਹਨਾਂ ਦੇ ਕੇਸ ਅਸੀਂ ਆਲਰੇਡੀ ਕਿਉਂਕਿ ਇਹਨਾਂ ਦੇ ਸਿੰਡੀਕੇਟ ਤੇ ਕਾਫੀ ਕੰਮ ਕੀਤਾ ਹੋਇਆ ਸੀ ਇਹਨਾਂ ਦੇ ਮੇਨ ਸ਼ੂਟਰ ਫੜੇ ਹੋਏ ਸੀ ਹੋਰ ਵੀ ਕੇਸਿਸ ਪੰਜਾਬ ਦੇ ਜਿਹੜੇ ਕਾਫੀ ਪ੍ਰੋਮਿਨੈਂਟ ਰਹੇ ਆ ਉਹਨਾਂ ਚ ਵੀ ਸਾਡੀਆਂ ਟੀਮਾਂ ਨੇ ਕਾਫੀ ਕੰਟ੍ਰਿਬਿਊਟ ਕੀਤਾ ਸੀ ਦੂਜਾ ਫਿਰ ਜਦੋਂ ਅਸੀਂ ਦੇਖਿਆ ਕਿ ਆ ਪਹਿਲੇ ਦਿਨੇ ਹੀ ਵਾਇਰਲ ਹੋਇਆ ਸਾਰੇ ਵੀਡੀਓਸ ਸਾਨੂੰ ਲੱਗਿਆ ਕਿ ਕਾਫੀ ਬਰੇਜ਼ਨ ਕਰਾਇਮ ਹੈਗਾ ਤੇ ਮਤਲਬ ਇਹ ਤਾਂ ਇੱਕ ਬਿਲਕੁਲ ਹੀ ਚੈਲੰਜ ਟੂ ਲਾ ਐਂਡ ਆਰਡਰ ਹੋ ਗਿਆ ਨਾ ਕਿ ਬਟ ਤੁਸੀਂ ਇਹਦੇ ਗਾਣਿਆਂ ਨਾਲ ਜੁੜੇ ਹੋਏ ਸੀ ਉਹ ਫੋਲੋਇੰਗ ਹਿਸ ਸੰਗਸ ਐਕਚੁਅਲੀ ਸੱਚ ਦੱਸਾਂ ਤਾਂ ਮੈਨੂੰ ਪਤਾ ਸੀ ਕਿ ਸਿੱਧੂ ਮੂਸੇਵਾਲ ਕਿਉਂਕਿ ਮੇਰਾ ਪਿੰਡ 50 60 ਕਿਲੋਮੀਟਰ ਦੂਰੀ ਹੈਗਾ ਉਸ ਏਰੀਏ ਤੋਂ ਤੇ ਮੇਰੇ ਬੜੇ ਦੋਸਤ ਜਿਹੜੇ ਫੈਨ ਸੀ ਸ਼ਾਇਦ ਮੈਂ ਗਾਣੇ ਵੀ ਸੁਨੇ ਹੋਣ ਪਰ ਮੈਂ ਕਦੇ ਇਹ ਨਹੀਂ ਸੀ ਮੈਨੂੰ ਪਤਾ ਵੀ ਆ ਗਾਣਾ ਸਿੱਧੂ ਦਾ ਹੈਗਾ ਸੋ ਜਦੋਂ ਇਹ ਇਨਸੀਡੈਂਟ ਹੋਇਆ ਤੇ ਨੇਚਰਲੀ ਸਾਰਿਆਂ ਨੂੰ ਕਾਫੀ ਉਹ ਲੱਗਿਆ ਕਿ ਇਹ ਤਾਂ ਬੜਾ ਹੀ ਉਹ ਹੈਗਾ ਉਸ ਤੋਂ ਬਾਅਦ ਸੁਣੇ ਜਦੋਂ ਬਾਅਦ ਚੋਂ ਸੁਣੇ ਤਾਂ ਮੈਨੂੰ ਲੱਗਿਆ ਕਿ ਇਹ ਤਾਂ ਬਹੁਤ ਵੱਡਾ ਟੈਲੈਂਟ ਸੀ ਤੇ ਫਿਰ ਅਸੀਂ 2 ਦਿਨ ਬਾਅਦ ਤਾਂ ਲਾਰੈਂਸ ਨੂੰ ਕਸਟਡੀ ਰਿਮਾਂਡਸ ਲੈ ਆਏ ਫਿਰ ਉਹ ਇੰਟਰੋਗੇਸ਼ਨ ਚ ਕਾਫੀ ਸਾਰੀਆਂ ਚੀਜ਼ਾਂ ਤੁਸੀਂ ਸੋ ਉਹਦੇ ਕਤਲ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਤੋਂ ਤੁਸੀ ਤੁਹਾਨੂੰ ਲੱਗਿਆ ਕਿ ਨਹੀਂ ਇਹਦੇ ਵਿੱਚ ਕੁਝ ਇਮੋਸ਼ਨਲ ਦੇਖੋ ਤਾਂ ਇੱਕ ਐਜ਼ ਆ ਮਤਲਬ ਮੈਂ ਇਹ ਕਹਿ ਰਿਹਾ ਨਾ ਕਿ ਐਜ਼ ਆ ਪ੍ਰੋਫੈਸ਼ਨਲ ਪੁਲਿਸ ਆਫਸਰ ਤੁਹਾਡਾ ਤੁਹਾਨੂੰ ਹੁੰਦਾ ਹੀ ਆ ਕਿ ਜੇ ਵੱਡਾ ਕ੍ਰਾਈਮ ਹੋਇਆ ਮਤਲਬ ਮੈਨੂੰ ਤਾਂ ਐਡਿਸ ਕਹਿ ਸਕਦਾ ਕਿ ਇਹ ਕਾਫੀ ਹੁੰਦਾ ਕਿ ਅਸੀਂ ਦੇਖੀ ਕੀ ਕਰ ਸਕਦੇ ਆ ਜਿਵੇਂ ওভারਸੀਜ਼ ਵੀ ਕੋਈ ਕਿਲਿੰਗ ਹੋ ਜਾ ਜੀ ਤਾਂ ਸਾਨੂੰ ਲੱਗਦਾ ਵੀ ਲਿੰਕ ਇੱਥੇ ਹੈਗਾ ਤਾਂ ਅਸੀਂ ਉਹਦੇ ਚ ਵੀ ਕੁਝ ਐਫਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੇ ਮਾਲਕ ਤੇ ਉਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ ਉਹਨਾਂ ਦੇ ਕੇਸ ਵਿੱਚ ਵੀ ਉਹਦੇ ਵਿੱਚ ਵੀ ਅਸੀਂ ਦੇਖਿਆ ਦੀ ਕੋਸ਼ਿਸ਼ ਕੀਤੀ ਕਿ ਇੱਥੋਂ ਦੇ ਕੀ ਕਨੈਕਸ਼ਨ ਨੇ ਕੌਣ ਲੋਕ ਉਸ ਥੇ ਦੇ ਲੋਕਾਂ ਨਾਲ ਟੱਚ ਸੀਗੇ ਉਸ ਦਿਨ ਆ ਉਸ ਪਰਟੀਕੂਲਰ ਟਾਈਮ ਸੋ ਤਾਂ ਇੱਕ ਸਰ ਉੱਥੇ ਬਾਅਦ ਆਂਦੇ ਹੋ ਤੁਸੀਂ ਜਿਵੇਂ ਕਿਹਾ ਕਿ ਤੁਸੀਂ 2 ਦਿਨ ਬਾਅਦ ਲਾਰੈਂਸ ਨੂੰ ਤੁਸੀਂ ਫੜ ਲਿਆ ਹੁਣ ਇੱਥੇ ਸਵਾਲ ਵੀ ਚੁੱਕੇ ਗਏ ਨੇ ਕਿ ਵੀ ਦਿੱਲੀ ਪੁਲਿਸ ਨੇ ਅਸਲੇ ਫੜਿਆ ਕਿਉਂਕਿ ਇਹ ਕਵਰ ਅਪ ਕਰ ਰਹੇ ਸੀ ਕਿ ਲਾਰੈਂਸ ਐਕਚੁਅਲੀ ਦਿੱਲੀ ਦੇ ਜੇਲ੍ਹਾਂ ਤੋਂ ਬੈਠ ਕੇ ਕ੍ਰਾਈਮ ਰਨ ਕਰ ਰਿਹਾ ਸੀਗਾ ਸੋ ਇੱਕ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਐਂਡ ਕਾਫੀ ਖਿੱਚਾ ਤਾਣੀ ਵੀ ਪੰਜਾਬ ਪੁਲਿਸ ਆਫ ਦਿੱਲੀ ਪੁਲਿਸ ਵਿੱਚ ਵੀ ਹੋਈ ਨਹੀਂ ਦਿੱਲੀ ਪੁਲਿਸ ਦਾ ਉਹਦੇ ਵਿੱਚ ਪਹਿਲੀ ਗੱਲ ਜੇਲ੍ਹ ਤਾਂ ਦਿੱਲੀ ਪੁਲਿਸ ਕੋਲੇ ਹੈ ਹੀ ਨਹੀਂ ਉਹ ਤਾਂ ਦਿੱਲੀ ਗਵਰਨਮੈਂਟ ਦੇ ਅੰਡਰ ਆ ਸੋ ਇਹ ਕਹਿਣਾ ਕਿ ਦਿੱਲੀ ਪੁਲਿਸ ਦਾ ਤਾਂ ਜੇਲ੍ਹ ਤੇ ਕੋਈ ਕੰਟਰੋਲ ਹੈ ਹੀ ਨਹੀਂਗਾ ਪੁਲਿਸ ਨਹੀਂ ਰਨ ਕਰਦੀ ਨਹੀਂ ਜੀ ਨਹੀਂ ਸਾਨੂੰ ਤਾਂ ਜੇ ਸਾਡੀ ਟੀਮ ਨੇ ਵੀ ਕਿਸੇ ਨੂੰ ਇੰਟਰੋਗੇਟ ਵੀ ਕਰਨਾ ਹੈ ਕੁਐਸਚਨ ਕਰਨਾ ਪਹਿਲਾਂ ਤਾਂ ਕੋਰਟ ਤੋਂ ਪਰਮਿਸ਼ਨ ਲੈਣੇ ਆ कोर्ट ਤੋਂ ਪਰਮਿਸ਼ਨ ਜਾਂ ਲੈਨ ਤੋਂ باوجود ਵੀ جیل ਵਾਲਿਆਂ ਦੀ ਸੁਪਰਵੀਜ਼ਨ ਦੇ ਵਿੱਚ ਤੁਸੀਂ ਕੁਐਸਚਨ ਕਰਦੇ ਹੋ ਸੋ ਜੇ ਉਹ ਕੋਆਪਰੇਟ ਨਹੀਂ ਕਰਦਾ ਕੁਐਸਚਨਿੰਗ ਦੇ ਵਿੱਚ ਫਿਰ ਅਸੀਂ ਉਹਨੂੰ ਆਪਣੀ ਪੁਲਿਸ ਕਸਟਡੀ ਰਿਮਾਂਡਸ ਲੈ ਕੇ ਆਉਂਦੇ ਹਾਂ ਸੋ ਜਿਹੜੀ ਜੇਲ ਪੁਲਿਸ ਹੁੰਦੀ ਹੈ ਉਹ ਦਿੱਲੀ ਪੁਲਿਸ ਅੰਦਰ ਨਹੀਂ ਆਉਂਦੀ ਬਿਲਕੁਲ ਨਹੀਂ ਹੈ ਜੇਲ ਦੇ ਜਿੰਨੇ ਆਫੀਸ਼ੀਅਲਸ ਨੇ ਉਹਨਾਂ ਤੇ 1% ਵੀ ਪੁਲਿਸ ਦਾ ਕੰਟਰੋਲ ਨਹੀਂ ਹੈ ਨਾ ਉਹਨਾਂ ਦੀਆਂ ਟ੍ਰਾਂਸਫਰਸ ਤੇ ਨਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਨਾ ਉਹਨਾਂ ਦੇ ਕਿਸੇ ਡਿਸਪਲਿਨਰੀ ਮੈਟਰ ਤੇ 1% ਵੀ ਕੋਈ ਕੰਟਰੋਲ ਨਹੀਂ ਹੈਗਾ ਸੋ ਉਹ ਸੈਪਰੇਟ ਹੈਗਾ ਉਹ ਬਿਲਕੁਲ ਸੈਪਰੇਟ ਹੈ ਸੋ ਤੁਸੀਂ ਲਾਰੈਂਸ ਦੇ ਸਿੱਧਾ ਕਿੱਥਾਂ ਪਹੁੰਚੇ ਨਹੀਂ ਸਿੱਧਾ ਨਹੀਂ ਹੋ ਤਾਂ ਦੇਖੋ ਤੁਹਾਨੂੰ ਦੱਸਿਆ ਸੀ ਕੰਮ ਕਾਫੀ ਇਨਾ ਦੇ ਸਿੰਡੀਕੇਟ ਤੇ ਕੀਤਾ ਸੀ ਸੋ ਜਦੋਂ ਸਚਿੰਦ ਧਾਪਨ ਦੀ ਕਾਲ ਆਈ ਬਾਰੋਂ ਤੇ ਉਹਨੇ ਕਲੇਮ ਕੀਤਾ ਕਿ ਅਸੀਂ ਕਰਵਾਇਆ ਤੇ ਸਾਡੇ ਕੋਲੇ ਕਾਫੀ ਸਾਰੀਆਂ ਰਿਕਾਰਡਿੰਗਸ ਹੈਗੀਆਂ ਅਸੀਂ ਜਿਹੜੀਆਂ ਇਹਨਾਂ ਨੇ ਪੁਰਾਣੀਆਂ ਐਕਸਟੋਰਸ਼ਨ ਕੀਤੀਆਂ ਇੱਕ ਅਸੀਂ ਆਪਣੇ ਮਰਡਰ ਕੇਸ ਦੇ ਵਿੱਚ ਲਾਰੈਂਸ ਨੂੰ ਅਰੈਸਟ ਆਲਰੇਡੀ ਕੀਤਾ ਹੋਇਆ ਸੀ ਮਕੋਕਾ ਲੱਗਿਆ ਹੋਇਆ ਇਹਨਾਂ ਤੇ ਜੱਗੂ ਤੇ ਲੱਗਿਆ ਹੋਇਆ ਕਾਲੇ ਜਥੜੀ ਦੇ ਲੱਗਿਆ ਸੰਪਤ ਨਹਿਰਾ ਰਾਜੂ ਬਸੋਦੀ ਇਹਨਾਂ ਦੇ ਜਿੰਨੇ ਸਾਥੀ ਨੇ ਮਤਲਬ ਨਮ ਕਾਲਾ ਰਾਣਾ ਹੈਗਾ ਨਰੇਸ਼ ਸੇਠੀ ਹੈ ਸਾਰਿਆਂ ਤੇ ਲੱਗਿਆ ਹੋਇਆ ਸੋ ਕਿਉਂਕਿ ਆਲਰੇਡੀ ਸਾਡੀਆਂ ਟੀਮਾਂ ਨੇ ਇੰਨਾ ਕੰਮ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਵੀ ਇਹ ਕਾਲ ਕਾਫੀ ਹੱਦ ਤੱਕ ਸਾਨੂੰ ਸਹੀ ਲੱਗ ਰਹੀ ਆ ਵੀ ਇਹਨਾਂ ਦੇ ਸਿੰਡੀਕੇਟ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਲੱਗ ਰਿਹਾ ਸੋ ਇਹਨੂੰ ਇਹਨੂੰਤੀ ਸ਼ਾਮ ਦੀ ਉਹ ਗੱਲ ਹੈਗੀ ਆ 30 ਤਰੀਕ ਨੂੰ ਫਿਰ ਸਾਨੂੰ ਵੀ ਸੀ ਕਿ ਸਾਡੇ ਕੇਸ ਆਲਰੇਡੀ ਕੇਸਾਂ ਦੇ ਵਿੱਚ ਸੀ ਆਲਰੇਡੀ ਅਰੈਸਟ ਕੰਟੀਨਿਊ ਸੀ ਉਹ ਕਾਲਾ ਜਥੇੜੀ ਵੀ ਬੜੀ ਨੋਟੇਬਲ ਅਰੈਸਟ ਕੀਤੀ ਸੀ ਅਸੀਂ ਇਹਦੇ ਵਿੱਚ ਤੇ ਰੀਸੈਂਟਲੀ ਵੀ ਇਹਨਾਂ ਦੇ ਇੱਕ ਦੋ ਲੋਕ ਲੈ ਕੇ ਆਏ ਸੀ ਅਸੀਂ 31 ਨੂੰ ਫਿਰ ਪੁਲਿਸ ਕਸਟਡੀ ਰਿਮਾਂਡ ਤੇ ਇਹਨੂੰ ਲੈ ਲਿਆ ਤੇ ਇਹਨੇ ਇੰਟਰੋਗੇਸ਼ਨ ਚ ਡੈਡਲੀ ਮੰਨ ਨਹੀਂ ਲਿਆ ਕਿ ਇਹਨੇ ਕਰਵਾਇਆ ਹੈਗਾ ਤਾਂ ਨੇਚਰਲੀ ਫਿਰ ਮਾਸਟਰਮਾਈਂਡ ਦਾ ਤਕਰੀਬਨ ਸਭ ਨੂੰ ਹੀ ਪਤਾ ਲੱਗ ਗਿਆ ਸੀਗਾ ਜਿਹੜੀ ਅਸਲੀ ਗੱਲ ਆ ਪਰ ਮੇਨ ਫਿਰ ਸਾਡਾ ਫੋਕਸ ਸੀਗਾ ਵੀ ਜਿਹੜੇ ਸ਼ੂਟਰ ਨੇ ਉਹਨਾਂ ਤੇ ਕੰਮ ਕੀਤਾ ਜਾਏ ਜਾਂ ਜਿਨ੍ਹਾਂ ਨੇ ਲੋਜਿਸਟਿਕ ਮਦਦ ਕੀਤੀਆ ਮੇਨ ਕਿਉਂਕਿ ਇੰਨੇ ਦੇਣੇ ਇਹ ਬਾਹਰ ਰਹੇ ਇੰਨੇ ਦੇਣਿਆਂ ਨੇ 100 ਜਗ੍ਹਾ ਰੁਕੇ ਸੋ ਸਾਨੂੰ ਇਹ ਸੀ ਜਿਵੇਂ ਕਿਸੇ ਦੇ ਇੱਕ ਦਿਨ ਰੁਕੇ ਦੋ ਦਿਨ ਰੁਕੇ ਉਹਨੂੰ ਕਿੰਨਾ ਪਤਾ ਹੈ ਕਿ ਨਹੀਂ ਕਿਉਂਕਿ ਇਹਨਾਂ ਦਾ ਸਿੰਡੀਕੇਟ ਤਾਂ ਬਹੁਤ ਵੱਡਾ ਲਾਰੈਂਸ ਦੇ 400 ਤੋਂ ਕੋਕਿਊਜ਼ ਨੇ ਉਹਦੇ ਅਲੱਗ-ਅਲੱਗ ਮੁਕਦਮਿਆਂ 'ਚ ਉਹਨਾਂ ਦੇ ਅੱਗੇ ਤੁਸੀਂ ਲਾ ਲਓ ਐਸੋਸੀਏਟ ਦਾ ਪਛਾ 4000 ਦੀ ਬਣ ਜੇ ਨੰਬਰ ਇਹਨਾਂ ਦਾ ਸੋ ਅਸੀਂ ਫਿਰ ਉਹਦੇ ਤੇ ਫੋਕਸ ਨਹੀਂ ਕੀਤਾ ਅ ਬਈ ਕਿਉਂਕਿ ਕਈ ਵਾਰੀ ਇਹ ਜਾ ਕੇ ਕ੍ਰਿਮੀਨਲ ਕਿਤੇ ਰੁਕਦੇ ਆ ਉਹਨੂੰ ਕਈ ਵਾਰ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਕੌਣ ਨੇ ਬੰਦੇ ਕਈ ਵਾਰ ਕੋ ਦਾ ਕੋਈ ਸਾਥੀ ਕਹਿ ਦਿੰਦਾ ਜੀ ਇਹਨਾਂ ਨੂੰ ਠਹਿਰਾ ਲਓ ਸੋ ਸਾਡਾ ਮੇਨ ਫੋਕਸ ਸੀਗਾ ਮਾਸਟਰਮਾਈਂਡ ਜਿਹੜਾ ਅਰੈਸਟ ਕੀਤਾ ਜਿਹੜੇ ਸ਼ੂਟਰ ਸੀ ਤੇ ਜਿਹੜੇ ਮੇਨ ਲੌਜਿਸਟਿਕ ਸੀਗੇ ਮੇਨ ਲੌਜਿਸਟਿਕ ਤੇ ਅਸੀਂ ਦੋ ਜਣੇ ਜਨੇ ਜ਼ਿਆਦਾ ਜ਼ੀਰੋ ਡਾਊਨ ਕੀਤੇ ਇੱਕ ਸਚਿਨ ਮਹਿਵਾਨੀ ਸੀ ਕਪਲ ਪੰਡਿਤ ਸੀਗਾ ਸੋ ਸਚਿਨ ਮਹਿਵਾਨੀ ਨੂੰ ਤਾਂ ਫੜ ਲਿਆ ਉਹ ਮੇਨ ਸੀ ਨੰਬਰ 1 ਸੀ ਲੌਜਿਸਟਿਕਸ ਦੇ ਵਿੱਚ ਐਂਡ 체 షూਟਰ ਤੋਂ ਦੱਸਿਆ ਹੋ ऑलरेडी ਸਾਰਿਆਂ ਨੂੰ ਪਤਾ ਹੀ ਹੈ ਬੜੀ ਵੱਰ ਅਸੀਂ ਸ਼ੇਅਰ ਕਰ ਚੁੱਕੇ ਹਾਂ ਸੋ ਪਲੱਸ ਸਾਡੇ ਲਈ ਚੈਲੰਜ ਇਹ ਸੀ ਕਿ ਅਸੀਂ ਕ੍ਰਾਈਮ ਸੀਨ ਤੇ ਤਾਂ ਮੈਂ ਟੀਮਾਂ ਨੂੰ ਸਟ੍ਰਿਕਟ ਬੋਲਿਆ ਹੋਇਆ ਸੀ ਕਿ ਉੱਥੇ ਨਹੀਂ ਜਾਣਾ ਹੈਗਾ ਨਹੀਂ ਜਾਨ ਨੂੰ ਤਾਂ ਖੈਰ ਜਾ ਸਕਦੇ ਆ ਬਟ ਉਹ ਫਿਰ ਹੁੰਦਾ ਕਿ ਕੱਲ ਨੂੰ ਯੂ نو ਕੋਈ ਵੀ ਦੂਜੀ ਲਾ ਐਨਫੋਰਸਮੈਂਟ ਏਜੰਸੀ ਗਿਆ ਸਦਿਆ ਕਿ ਇਹਨਾਂ ਨੇ ਕ੍ਰਾਈਮ ਸੀਨ ਤੇ ਕੋਈ ਡਿਸਟਰਬ ਕੀਤਾ ਜਾਂ ਕੁਝ ਕੀਤਾ ਸੋ 20 25 ਕਿਲੋਮੀਟਰ ਦੇ ਏਰੀਆਸ ਤਾਂ ਇਹਨਾਂ ਨੂੰ ਕਿਹਾ ਸੀ ਕਿ ਮਾਨਸਾ ਤੋਂ ਅੱਗੇ ਉਹਦੇ ਪਿੰਡ ਜਾਂ ਜਵਾਹਰ ਕੇ ਨਹੀਂ ਜਾਣਾ ਹੈਗਾ ਤੇ ਜੇ ਟੈਕਨੋਲੋਜੀ ਨਾਲ ਜਾਂ ਜਿਹੜੇ ਸਾਡੇ ਕਿਉਂਕਿ ਇਹਨਾਂ ਦੇ ਸਿੰਡੀਕੇਟ ਸਿਰਫ ਚਾਰ ਪੰਜ ਚੀਜ਼ਾਂ ਤੇ ਮੈਨ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਕੰਮ ਕੀਤਾ ਇੱਕ ਤਾਂ ਅਸੀਂ ਕੋਚਾਨ ਆਰਥੋਡੌਕਸ ਟਾਈਪ ਡਿਟੈਕਟ ਤੇ ਕੰਮ ਕੀਤਾ ਇੱਕ ਜਿਹੜੇ ਇਹਨਾਂ ਦੇ ਸਿੰਡੀਕੇਟ ਦੇ ਮੈਂਬਰ ਸੀ ਜੇਲਾਂ ਚ ਉਹਨਾਂ ਨੂੰ ਬਹੁਤ ਕੁਐਸਚਨ ਕੀਤਾ ਕਾਫੀ 14 15 ਜੇਲਾਂ ਤੇ ਕੰਮ ਕੀਤਾ ਜਿਹੜੇ ਵੈਪਨ ਸਪਲਾਈਅਰ ਪੁਰਾਣੇ ਰਹੇ ਕੋਈ ਵੈਪਨ ਵੱਡਾ ਸੀ ਪਿਸਟਲ ਵਗੈਰਾ ਹੁੰਦਾ ਤਾਂ ਫਿਰ ਵੀ ਤੁਸੀਂ ਇੰਨਾ ਨਹੀਂ ਕਰ ਸਕਦੇ ਉਹ ਬੜੀ ਜਗ੍ਹਾ ਤੋਂ ਸੋਰਸ ਹੋ ਜਾਂਦਾ ਬਟ AK47 ਸਾਨੂੰ AK ਸੀਰੀਜ਼ ਦੀ ਸਾਨੂੰ ਪਤਾ ਲੱਗਿਆ ਸੀ ਕਿ ਸੌਲਟ ਰਾਈਵਲ ਆ ਸੋ ਉਸ ਸਿੰਗਲ ਦੇ ਕਾਫੀ ਕੰਮ ਕੀਤਾ ਫਿਰ ਇਹਨਾਂ ਦੇ ਜਿਹੜੇ ਨਾਲ ਪਹਿਲੇ ਵਾਰ ਦਾਤਾਂ ਸ਼ਾਮਿਲ ਰਹੇ ਆ ਜਿਹੜੇ ਬਾਹਰ ਨੇ ਜਾਂ ਜਿਹੜੇ ਉਹਨੇ ਅਸੀਂ ਉਹਨਾਂ ਦੇ ਕੰਮ ਕੀਤਾ ਅਸੀਂ ਰਾਈਵਲ ਗੈਂਗ ਤੇ ਵੀ ਕਾਫੀ ਕੀਤਾ ਕਿਉਂਕਿ ਗੈਂਗਸ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਕਿ ਜੇ ਉਹਨਾਂ ਦੇ ਆਪੋਨੈਂਟ ਗੈਂਗ ਨੇ ਵੀ ਕੋਈ ਵਾਰਦਾਤ ਕਰਵਾਈ ਆ ਤਾਂ ਉਹਨਾਂ ਨੂੰ ਪਤਾ ਰਹਿੰਦਾ ਕਿ ਉਹ ਸ਼ੂਟਰ ਕਿੱਥੋਂ ਆ ਸਕਦੇ ਆ ਉਹਦੇ ਤੇ ਕਾਫੀ ਕੰਮ ਕੀਤਾ ਸੀ ਜਿਹੜੇ ਨਜ਼ਰ ਆਈਵਲ ਗਏਗਾ ਕੌਸ਼ਲ ਚੌਧਰੀ ਜਾਂ ਨੀਰਜ ਬਵਾਨਾ ਇਹਦਾ ਕੀ ਹੁੰਦਾ ਜਿਹੜਾ ਕਰਨਾ ਪੈਂਦਾ ਮਤਲਬ ਲਾਈਕ ਹਾਊ ਡੂ ਯੂ ਡੂ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ ਨਹੀਂ ਜਿੱਦਾਂ ਅਸੀਂ ਕੌਸ਼ਲ ਚੌਧਰੀ ਨੂੰ ਲੈ ਕੇ ਆਏ ਉਹਦੀ ਇੰਟਰੋਗੇਸ਼ਨ ਕੀਤੀ ਨਹੀਂ ਨਹੀਂ ਇਹਨਾਂ ਨੂੰ ਫੜਨ ਵਿੱਚ ਜਿਵੇਂ ਤੁਸੀਂ ਇੱਕ ਨੈਟਵਰਕ ਬਣਿਆ ਹੁੰਦਾ ਜਾਂ ਤੁਹਾਨੂੰ ਸਰਵੇਲੈਂਸ ਕਰਨੀ ਪੈਂਦੀ ਹੈ ਜਾਂ ਕਿੱਥੇ ਬਿਕੋਜ਼ ਆਈ ਮੈਂ ਪੜ੍ਹ ਰਹੀ ਸੀ ਤੁਹਾਡੇ 180 ਘੰਟੇ ਦੀ ਸਰਵੇਲੈਂਸ ਹੀ ਰਹੀ ਹੈ ਇਹਨਾਂ ਨੂੰ ਪਕੜਨ ਵਿੱਚ ਨਹੀਂ ਨਹੀਂ ਉਹ ਤਾਂ ਦੇਖੋ ਉਹ ਕੁਸ਼ੀਦਾ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ ਲੇਕਿਨ ਉਹ ਤਾਂ ਬਹੁਤ ਐਕਸਟੈਂਸਿਵ ਐਫਰਟ ਹੈਗਾ ਇਹਦੇ ਪਿੱਛੇ ਕਿ ਤੁਹਾਨੂੰ ਤਾਂ ਮੈਂ ਬ੍ਰਾਡ ਜੀਆਂ ਗੱਲਾਂ ਦੱਸ ਸਕਦਾ ਜਾਦੇ ਬਰੀਕੀ ਦੀਆਂ ਨਹੀਂ ਦੱਸ ਸਕਦਾ ਸੋ ਫਾਈਨਲੀ ਕਿਉਂਕਿ ਸਾਡੀਆਂ ਆਪਣੀਆਂ ਵੀ ਟੀਮਾਂ ਕਿਉਂਕਿ ਮੇਰਾ ਹੁੰਦਾ ਕਿ ਯੂ نو ਇੱਕ ਚੀਜ਼ ਤੇ ਮਲਟੀਪਲ ਟੀਮਸ ਕੰਮ ਕਰਨ ਗਈਆਂ ਸੋ ਦੈਟ ਆਪਸ ਚੀ ਉਹਨਾਂ ਚ ਕਾਫੀ ਇੰਟੈਂਸ ਹੋ ਹੋ ਸੀਗਾ ਇੱਕ ਚੈਲੰਜ ਟਾਈਪ ਉਹਨਾਂ ਨੇ ਲਿਆ ਸੀਗਾ ਕਿ ਕ੍ਰੇਡਿਟੀ ਟੀਮ ਵਿੱਚ ਜਲਦੀ ਕੁਝ ਕਰ ਸਕਦੀ ਆ ਸੋ ਫਾਈਨਲੀ ਮਤਲਬ ਸਾਡੀ ਜਿਹੜੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਸੀਗੀ ਉਹਨੇ ਉਹ ਅੱਠ ਜਣਿਆਂ ਦੀ ਰਿਪੋਰਟ ਜਿਹੜੀਆਂ ਫੋਟੋਆਂ ਵਾਇਰਲ ਵੀ ਹੋਈਆਂ ਉਹ ਗਰਾਊਂਡ ਵਰਕ ਉਹਨਾਂ ਦਾ ਸੀਗਾ ਇਹ ਟੀਮ ਉਹ ਹੀ ਸੀ ਨੇ ਵਿੱਕੀ ਮਿੱਡੂ ਖੇੜਾ ਦੇ ਤਿੰਨੇ ਕਿਲਰ ਫੜੇ ਸੀ ਤੇ ਜਿਹੜਾ ਸੰਦੀਪ ਨੰਗਲੰਬੀਆ ਦਾ ਸੀਗਾ ਵਿਕਾਸ ਮਾਲੇ ਉਹਨੂੰ ਫੜਿਆ ਸੀਗਾ ਹਰਿੰਦਰ ਫੌਜੀ ਚ ਵੀ ਇਹਨਾਂ ਨੇ ਕਾਫੀ ਕੰਮ ਕੀਤਾ ਸੀਗਾ ਐਂਡ ਵਿਦ ਕੋਆਪਰੇਸ਼ਨ ਆਫ ਪੰਜਾਬ ਪੁਲਿਸ ਕੀਤਾ ਸੋ ਇਹਨਾਂ ਨੇ ਕੀਤਾ ਸਰ ਵੀ نو ਕਿ ਇਹਨਾਂ ਨੇ ਮਾਰਿਆ ਐ ਇਦਾਂ ਮਾਰਿਆ ਹੁਣ ਕਾਫੀ ਚੀਜ਼ਾਂ ਕਲੈਰ ਹੋ ਗਈਆਂ ਬਟ ਕਾਰਨ ਦੀ ਕਲੈਰਿਟੀ ਨਹੀਂ ਆਂਦੀ ਕਿ ਆਖਿਰ ਕੀਤਾ ਕਿਉਂ ਗਿਆ ਬਿਕੋ ਤੁਸੀਂ ਕਾਫੀ ਸਮਾਂ ਲੋਰੈਂਸ ਨਾਲ ਬਹੁਤ ਨਾਈਟ ਇਨਟੈਰੋਗੇਸ਼ਨ ਜਾਂ ਉਹਦਾ ਟਾਈਮ ਸਪੈਂਡ ਕੀਤਾ ਹੈ ਉਹਦੇ ਚੋਂ ਇੱਕ ਕਲੈਰਿਟੀ ਦੇ ਸਕਦੇ ਹੋ ਕਿ ਆਖਿਰ ਇਹ ਹੋਇਆ ਕਿਉਂ ਦੇਖੋ ਇਹਨਾਂ ਨੂੰ ਗਲਤਫਹਿਮੀਆਂ ਤਾਂ ਕਈ ਸੀਗੀਆਂ ਕਈ ਸੀਗੀਆਂ ਕਾਫੀ ਢੇਰ ਤੋਂ ਸੀਗੀਆਂ ਇਹਨਾਂ ਦੀ ਆਪਸ ਦੇ ਵਿੱਚ ਰਿਵੈਲਰੀਜ਼ ਨੇ ਇਹਨਾਂ ਨੂੰ ਕਈ ਵਾਰ ਲੱਗਦਾ ਅਗੇ ਸਿੰਗਰ ਦੇਖੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਕਾਫੀ ਇਨਫਲੂਐਂਸ ਰਿਆ ਹੈਗਾ ਜਿਹੜੇ ਥੋੜੇ ਜੇ ਬੰਦੇ ਸਟਾਰ ਬਣ ਜਾਂਦੇ ਨੇ ਉਹਨਾਂ ਨੂੰ ਵੀ ਥ੍ਰੈਟਸ ਆndੀਆਂ ਜ਼ਰੂਰੀ ਨਹੀਂ ਹੈਗਾ ਦੇਖੋ ਪੰਜਾਬ ਬਹੁਤ ਵੱਡੀ ਸਟੇਟ ਨਹੀਂ ਹੈਗੀ ਤੇ ਕਿਤੇ ਨਾ ਕਿਤੇ ਜਾ ਕੇ ਰੂਟਸ ਜਿਹੜੀਆਂ ਲੋਕਾਂ ਦੀਆਂ ਇਹਨੋਂ ਕਾਮਨ ਹੁੰਦੀਆਂ ਨੇ ਕਿ ਦਮ ਮੈਂ ਪਹਿਲਾਂ ਵੀ ਕਿਹਾ ਕਿ ਦਵਿੰਦਰ ਬੰਬੀਹਾ ਵੀ ਜਿਹੜਾ ਸੀਗਾ ਉਹ ਵੀ ਉਸ ਏਰੀਏ ਦਾ ਉਹ 60 70 ਕਿਲੋਮੀਟਰ ਤੇ ਉਹ ਬੰਬੀਹਾ ਵਾਲਾ ਪਿੰਡ ਦਾ ਸੀਗਾ ਤੇ ਉਹ ਰਾਈਵਲ ਗੈਂਗ ਸੀ ਲਾਰੈਂਸ ਹੁਣਾ ਦਾ ਜਿਹੜੇ ਲਾਰੈਂਸ ਐ ਨਾਲ ਬੰਦੇ ਵੀ ਉਸ ਏਰੀਏ ਦੇ ਨੇ ਮਾਲਵੇ ਦੇ ਨੇ ਜ਼ਿਆਦਾਤਰ ਕੀ 100 150 ਕਿਲੋ ਤੁਸੀਂ ਆਪ ਵੀ ਉਸ ਏਰੀਆ ਦੇ ਹਾਂ ਮੈਂ ਵੀ ਉਸ ਏਰੀਆ ਦਾ ਐ ਬੜੀ ਇੰਟਰਸਟਿੰਗ ਫੈਕਟ ਤੁਸੀਂ ਸਾਰੇ ਪੰਜਾਬ ਯੂਨੀਵਰਸਿਟੀ ਦੇ ਹੋ ਪੰਜਾਬ ਯੂਨੀਵਰਸਿਟੀ ਦੇ ਵੀ ਹਾਂ ਇਨ ਫੈਕਟ ਉਹ ਜਿਹੜਾ ਸਿੱਧੂ ਦਾ ਪਿੰਡ ਵੀ ਨੇੜੇ ਸੀਗਾ ਉਹ ਜੀ ਨੇ ਸਗੋਂ ਗੋਲੀ ਚਲਾਈ ਉਹ ਉੱਥੇ 10 15 ਕਿਲੋਮੀਟਰ ਦੂਰ ਦਾ ਹੀ ਸੀਗਾ ਸੋ ਸੋ ਇਹ ਧਰਤੀ ਪਰ ਹਰ ਇੱਕ ਤੇ ਯੂ ਨੋ ਪਾਥ ਵੱਖਰੇ ਵੱਖਰੇ ਹਾਂ ਸੋ ਉਹ ਤਾਂ ਮਤਲਬ ਨੇਚਰ ਆਫ ਹਿਊਮਨ ਨੇਚਰ ਆ ਉਹਨੂੰ ਕੀ ਤੁਸੀਂ ਪ੍ਰਡਿਕਟ ਕਰੋਗੇ ਕਿਸੇ ਨੂੰ ਸਹੀ ਰਸਤਾ ਮਿਲ ਜਾਂਦਾ ਉਹ ਸਹੀ ਪਾਸੇ ਤੁਰ ਜਾਂਦਾ ਕਈਆਂ ਨੂੰ ਕਈ ਤੁਰਨਾ ਚਾਹੁੰਦੇ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਕਿਉਂਕਿ ਮੈਂ ਤਾਂ ਬਹੁਤ ਇਨਾਂ ਨਾਲ ਸਾਰਿਆਂ ਦੀਆਂ ਜੀਵਨੀਆਂ ਵੀ ਜਾਣੀਆਂ ਨੇ ਬਹੁਤ ਘੰਟੇ ਲਾਏ ਨੇ ਸੋ ਬਹੁਤ ਇੰਨਾ ਚੁੱਕੇ ਏਦਾਂ ਦੇ ਵੀ ਨੇ ਜਿਹੜੇ ਬਹੁਤ ਬ੍ਰਾਈਟ ਨੇ ਜਿਹੜੇ ਕਿ ਚੰਗੇ ਮਾਰਗ ਤੇ ਜਾ ਸਕਦੇ ਸੀਗੇ ਜਿਨ੍ਹਾਂ ਨੂੰ ਕਈ ਵਾਰ ਨੇਚਰ ਨੇ ਜਾਂ ਕੁਦਰਤ ਵਜੋਂ ਜਾਂ ਪਰਮਾਤਮਾ ਵਜੋਂ ਸਹੀ ਮਾਰਗ ਨਹੀਂ ਮਿਲ ਪਾਇਆ ਜਾਂ ਕੋਈ ਏਦਾਂ ਦਾ ਸਰਕਮਸਟੈਂਸ ਹੋ ਗਿਆ ਜਾਂ ਸਿਸਟਮ ਵੀ ਠੀਕ ਨਹੀਂ ਹੈਗਾ ਸਿਸਟਮ 'ਚ ਵੀ ਬਹੁਤ ਕਮੀਆਂ ਨੇ ਸਾਡੇ ਆਪ ਦੇ ਆ ਮੈਂ ਕਹੂੰਗਾ ਕ੍ਰਿਮੀਨਲ ਜਸਟਿਸ ਸਿਸਟਮ 'ਚ ਬਹੁਤ ਕਮੀਆਂ ਨੇ ਕਿ ਇਹਦੇ 'ਚ ਗਲਤ ਹੋਣਾ ਤਾਂ ਬਹੁਤ ਸੌਖਾ ਸਹੀ ਹੋਣਾ ਬਹੁਤ ਔਖਾ ਸੋ ਬੜੇ ਮਲਟੀਪਲ ਰੀਜਨਸ ਨੇ ਮਤਲਬ ਬੜਾ ਕਈ ਵਾਰ ਜੱਜ ਕਰਨਾ ਔਖਾ ਹੋ ਜਾਂਦਾ ਜਦੋਂ ਤੁਸੀਂ ਕਿਸੇ ਨੂੰ ਪੂਰਾ ਜਾਣਦੇ ਹੋ ਸੋ ਫਿਰ ਤੁਸੀਂ ਦੱਸਦੇ ਸੀ ਕਿ ਆਖਿਰ ਇਹਨੇ ਇੱਕ ਕਦਮ ਚੁੱਕਿਆ ਕਿਉਂ ਹੈ ਇਹ ਵੀ ਸਿੱਧੂ ਮਸੇੂਲ ਨੂੰ ਮਾਰਿਆ ਕਿਉਂ ਸਵੇ ਦਾ ਦੇਖੋ ਕਾਰਨ ਤਾਂ ਸੀ ਜਿੱਦਾਂ ਮਤਲਬ ਕਈ ਸਾਰੇ ਇਹਨਾਂ ਨੂੰ ਗਲਤਫਹਿਮੀਆਂ ਸੀਗੀਆਂ ਮੈਂ ਉਹਨਾਂ ਨੂੰ ਗਲਤਫਹਿਮੀਆਂ ਹੀ ਕਹੂੰਗਾ ਬਟ ਇੱਕ ਚੀਜ਼ ਜਿਹੜੀ ਮੇਨ ਟ੍ਰਿਗਰ ਸੀ ਜਿਹੜੀ ਪਹਿਲਾਂ ਵੀ ਅਸੀਂ ਕਿਹਾ ਵਿੱਕੀ ਮਿੱਡੂ ਖੇੜਾ ਦੀ ਕਿਲਿੰਗ ਸੀਗੀ ਵਿੱਕੀ ਮਿੱਡੂ ਖੇੜਾ ਦੀ ਕਿਲਿੰਗ ਜਿਹੜੀ ਹੋਈ 7 ਅਗਸਤ 2021 ਨੂੰ ਉਹਦੇ ਚ ਸ਼ਗਨਪ੍ਰੀਤ ਦਾ ਰੋਲ ਬਾਅਦ ਚੋਂ ਕਾਫੀ ਸਟੈਬਲਿਸ਼ ਹੋਇਆ ਮਤਲਬ ਪਹਿਲਾਂ ਇਹਨਾਂ ਨੂੰ ਤਾਂ ਪਹਿਲਾਂ ਹੀ ਕੁਝ ਕੁਝ ਇਲਮ ਸੀਗਾ ਕਿ ਇਹ ਹੋਇਆ ਪਰ ਜਦੋਂ ਅਰੈਸਟ ਹੋ ਗਿਆ ਸ਼ੂਟਰ ਤਾਂ ਉਦੋਂ ਤਾਂ ਫਿਰ ਉਹਦਾ ਰੋਲ ਕਾਫੀ ਮਤਲਬ ਹੋਇਆ ਪਰ ਉਹਨੂੰ ਹੁਣ ਅ ਅੱਗੇ ਤਾਂ ਹੁਣ ਜਦੋਂ ਦੇਖੋ ਇਨਵੈਸਟੀਗੇਸ਼ਨ ਜੁਆਇਨ ਕਰੂਗਾ ਤਾਂ ਉਦੋਂ ਪਤਾ ਲੱਗੂਗਾ ਬਈ ਉਹਨੂੰ ਕਿਸ ਹੱਦ ਤੱਕ ਪਤਾ ਸੀ ਕਿ ਇਹ ਜਿਹੜੇ ਆਏ ਇਹਨਾਂ ਨੇ ਮਾਰਨਾ ਆ ਜਾਂ ਇਹਨਾਂ ਨੇ ਯੂ نو ਕੁੱਟਣਾ ਆ ਯੂ نو ਇਹ ਹੁਣ ਨਹੀਂ ਪਤਾ ਕਈ ਵਾਰ ਇਹਨਾਂ ਨੂੰ ਵੀ ਕਹਿ ਦਿੰਦੇ ਆ ਠੀਕ ਆ ਜੀ ਆ ਬੰਦੇ ਆਣਗੇ ਇਹਨਾਂ ਨੂੰ ਉਹਨੂੰ ਘਟਾਪਾ ਚਾੜਨਾ ਤੇ ਬਟ ਹੁਣ ਇਹ ਗੱਲ ਅਸੀਂ ਕਮੈਂਟ ਨਹੀਂ ਡੈਫੀਨੇਟਲੀ ਨਹੀਂ ਕਰ ਸਕਦੇ ਪਰ ਲਾਰੈਂਸ ਨੇ ਮੈਨੂੰ ਇਹ ਸੀਗਾ ਕਿ ਵੀ ਨਹੀਂ ਇਹਨਾਂ ਨੂੰ ਇਹ ਹੋਇਆ ਕਿ ਬਈ ਸ਼ਗਨਪ੍ਰੀਤ ਨੇ ਇਹਨਾਂ ਰੋਲ ਪਲੇ ਕੀਤਾ ਤੇ ਕਿਉਂਕਿ ਉਹ ਸਿੱਧੂ ਦੇ ਨੇੜੇ ਸੀ ਥੋੜੇ ਬਹੁਤ ਅਫੇਅਰ ਉਹਦੇ ਦੇਖਦਾ ਵੀ ਸੀਗਾ ਸੋ ਉਹਦੇ ਨਾਲ ਇਹਨਾਂ ਨੂੰ ਜਾਦੇ ਤੇ ਲੋਰੈਂਸ ਉਹਦੇ ਕਾਫੀ ਨੇੜੇ ਰਿਹਾ ਹੈਗਾ ਉਹਦੇ ਬਿਲਕੁਲ ਖਾਸ ਦੋਸਤਾਂ ਜੋ ਅਸੀਂ ਸੋਪੂ ਦੇ ਵਿੱਚ ਇਕੱਠੇ ਸੀਗੇ ਅਸਲ ਇੱਕੋ ਹੀ ਮੇਨ ਕਾਰਨ ਰਿਹਾ ਇਸ ਦਾ ਪਿਛਲਾ ਮੇਨ ਕਾਰਨ ਇੱਕ ਆ ਬਾਕੀ ਛੋਟੇ ਛੋਟੇ ਨੇ ਉਹਦੇ ਤੇ ਅਸੀਂ ਕਮੈਂਟ ਨਹੀਂ ਕਰਨਾ ਚਾਹਾਂ ਕਿਉਂਕਿ ਉਹ ਗਲਤ ਫਹਿਮੀਆਂ ਜਾਦੇ ਨੇ ਆ ਮਤਲਬ ਉਹਦੇ ਥੋੜਾ ਤੰਤ ਇੰਨਾ ਨਹੀਂ ਲੱਗਦਾ ਹੈਗਾ ਬਟ ਉਹ ਹੁਣ ਦੇਖੋ ਤਫਤੀਸ਼ ਅਗੇਨ ਬਾਰ-ਬਾਰ ਅਸੀਂ ਉੱਥੇ ਆ ਕੇ ਰੁਕ ਜਾਂਦੇ ਆ ਵੀ ਇਹ ਕੇਸ ਦੀ ਇਨਵੈਸਟੀਗੇਸ਼ਨ ਸਾਡਾ ਫੋਕਸ ਨਹੀਂ ਸੀ ਨਹੀਂ ਸਾਡੇ ਕੋਲ ਹੈ ਹੀ ਐਕਚੁਅਲੀ ਹੈ ਹੀ ਨਹੀਂ ਸਾਡੇ ਕੋਲੇ ਸਾਡਾ ਤਾਂ ਮੇਨ ਉਹ ਹੀ ਤਿੰਨ ਚੀਜ਼ਾਂ ਦੇ ਸੀਗਾ ਸੋ ਉਹਦੇ ਤੇ ਅਸੀਂ ਥੋੜਾ ਲੱਗੇ ਰਹੇ ਸਰ ਕੀ ਇਹਦਾ ਕਾਰਨਾ ਵਿੱਚ ਇੱਕ ਬੰਬੀਆ ਬੋਲਾ ਵੀ ਜਿਹੜਾ Song ਸੀ ਸਿੱਧੂ ਮੂਸੇਵਾਲਾ ਜੋ ਗਾਇਆ ਗਿਆ ਸੀ ਕਿ ਉਹ ਵੀ ਕਾਰਨ ਸੀ ਜਿਸ ਨਾਲ ਲੌਰੈਂਸ ਬਿਸ਼ਨੋਈ ਦੀ ਕੋਈ ਸਿੱਧੂ ਨਾਲ ਨਾਰਾਜ਼ਗੀ ਸੀਗੀ ਕੁਝ ਸ਼ਾਇਦਾਂ ਦੀ ਇਹਨਾਂ ਨੂੰ ਉਸ ਚੀਜ਼ ਤੇ ਗਲਤਫਹਿਮੀ ਹੋਈ ਹਮਮ ਇਸ ਗਾਣੇ ਤੋਂ ਬੰਬੀਆ ਬੋਲੇ ਤੋਂ ਹੋਈ ਬਟ ਉਹ ਗਾਣਾ ਜੋ ਸਾਨੂੰ ਪਤਾ ਲੱਗਾ ਉਹ ਅਮਰਿਤ ਮਾਨ ਦੇ ਨਾਲ ਗਾਇਆ ਸੀ ਉਹਨੇ ਸਿੱਧੂ ਦਾ ਉਹਦੇ 'ਚ ਬਹੁਤ ਘੱਟ ਸੀਗਾ ਬਟ ਕਿਉਂਕਿ ਸਿੱਧੂ ਕਾਫੀ ਵੱਡਾ ਸਟਾਰ ਸੀ ਉਦੂ ਜੀ ਸਿੰਗਰ ਦਾ ਨਾਮ ਜਾਦੇ ਨਹੀਂ ਆਇਆ ਨਾਮ ਸਿੱਧੂ ਦਾ ਆਇਆ ਸੋ ਉਹ ਵੀ ਥੋੜਾ ਜਿਹਾ ਗਲਤਫਹਿਮੀ ਦਾ ਕਾਰਨ ਸੀ ਸੋ ਮਤਲਬ ਕਿੱਥੇ ਕੜੀਆਂ ਆਪੇ ਜੋੜ ਲਿਆ ਉਹਨਾਂ ਨੇ ਕੜੀਆਂ ਤੋਂ ਹੀ ਹਾਂ ਹੁਣ ਇਹ ਆ ਕਿ ਜਿਵੇਂ ਹੁਣ ਤੁਸੀਂ ਇੱਥੇ ਬੈਠ ਕੇ ਪ੍ਰਸ਼ਨ ਪੁੱਛ ਰਹੇ ਹੋ ਤੁਸੀਂ ਆਮਣੇ ਸਾਹਮਣੇ ਪੁੱਛ ਰਹੇ ਹੋ ਤੇ ਇਹਦੇ ਚ ਮਿਸ ਅੰਡਰਸਟੈਂਡਿੰਗ ਹੋਣ ਦੇ ਚਾਂਸ ਘਟਨੇ ਕਿਸੇ ਵੀ ਚੀਜ਼ ਦੇ ਪਰ ਜਿਹੜੇ ਜੇਲਾਂ ਚ ਆ ਕੋਈ ਫਰਾਰੀ ਕੱਟ ਰਿਹਾ ਹੈਗਾ ਜੇਲ੍ਹ ਚ ਵੀ ਕੋਈ ਐਦਾਂ ਨਹੀਂ ਹੈਗਾ ਕਿ ਕੋਈ ਲਗਾਤਾਰ ਹੀ ਫੋਨ ਕਿਸੇ ਕੋਲ ਚੱਲੀ ਜਾਂਦਾ ਸੋ ਬੜੇ ਸਾਰੀਆਂ ਚੀਜ਼ਾਂ ਸਾਹਮਣੇ ਵੀ ਆਈਆਂ ਨੇ ਕੁਝ ਲਿਮਟਿਡ ਇਹਨਾਂ ਦੀ ਕਮਿਊਨੀਕੇਸ਼ਨ ਵੀ ਹੋਈ ਆ ਸੋ ਕਿੰਨਾ ਕਿ ਇਹਨਾਂ ਨੂੰ ਸਹੀ ਗੱਲ ਕਮਿਊਨੀਕੇਟ ਹੋ ਪਾਂਦੀ ਆ ਕਈ ਚੀਜ਼ਾਂ ਆਪੇ ਫਿਰ ਧਰਨਾ ਬਣਾ ਲੈਂਦੇ ਨੇ ਤੇ ਉੱਥੋਂ ਬੈਠ ਕੇ ਫੈਸਲੇ ਕਰ ਲੈਂਦੇ ਆ ਉੱਥੋਂ ਬੈਠ ਕੇ ਫਿਰ ਇਹਨਾਂ ਨੂੰ ਆਇੰਦਾ ਵੀ ਅਸੀਂ ਤਾਂ ਇਹ ਹੁਣ ਕਰਨਾ ਸਾਡੇ ਬੰਦੇ ਨਾਲ ਸੇ ਤੁਤੇ ਫਾਦਰ ਮੈਂ ਜੀ ਉਹਨਾਂ ਨੇ ਕਾਫੀ ਵਾਰੀ ਕਿਹਾ ਕਿ ਵੀ ਮੇਰਾ ਬੇਟਾ ਇੰਨੀ ਜਲਦੀ ਇੰਨੀ ਹੌਚਾਈ ਤੇ ਪਹੁੰਚ ਗਿਆ ਤੇ ਉਹਦੇ ਕਾਰਨ ਮਾਰਿਆ ਗਿਆ ਸੋ ਕਿੱਥੇ ਉਹ ਸਹੀ ਹੈ ਬਿਕੋਜ਼ ਉਹ ਉਹ ਇੰਨਾ ਪੋਪੂਲਰ ਹੋ ਚੁੱਕਾ ਸੀਗਾ ਹਾਂ ਉਹ ਟਰੈਜੇਡੀ ਦਾ ਉਹਨਾਂ ਨਾ ਬਹੁਤ ਵੱਡੀ ਹੋਈ ਤੇ ਬਹੁਤ ਨੈਕਸਟ ਲੈਵਲ ਦਾ ਸਟਾਰ ਸੀਗਾ ਸੋ ਜਿਹੜਾ ਅੱਜ ਅਸੀਂ ਆ ਇੱਕ ਗੈਂਗਸਟਰਸ ਦੇਖ ਰਹੇ ਹਾਂ ਇੱਕ ਸੂਬੇ ਵਾਈਜ਼ ਵੀ ਨਹੀਂ ਹੁਣ ਅੰਤਰਰਾਸ਼ਟਰੀ ਪੱਧਰ ਦਾ ਇੱਕ ਨੈਟਵਰਕ ਬਣ ਚੁੱਕਾ ਹੈ ਆ ਇਸਤੇ ਬਾਰੇ ਕੀ ਕੀਤਾ ਜਾ ਸਕਦਾ ਹੈ ਔਰ ਤੁਹਾਡੀ ਅੰਡਰਸਟੈਂਡਿੰਗ ਵੀ बिकॉज ਤੁਸੀਂ ਕਾਫੀ ਇਥੇ ਰਿਸਰਚ ਜੋ ਕਾਫੀ ਡੂੰਗਾ ਕੰਮ ਕੀਤਾ ਕਿ ਇਹਦੀ ਸ਼ੁਰੂਆਤ ਕਿੱਥੋਂ ਹੋਈਏ ਇਹਨੂੰ ਖਤਮ ਕਰਨ ਦਾ ਕੋਈ ਰਸਤਾ ਹੈਗਾ ਕਾਫੀ ਜ਼ਿਆਦਾ ਤਾਂ ਇਹ ਰਚਵੀ ਕਹਾਂਗੇ ਕਿ ਮਲਟੀਪਲ ਜੇ ਕਾਰਨ ਨੇ ਤਾਂ ਬਹੁਤ ਲੰਬਾ ਟੌਪਿਕ ਤੁਸੀਂ ਪੁੱਛ ਰਹੇ ਹੋ ਪਰ ਇਹ ਤਿੰਨ ਚਾਰ ਮੇਨ ਕਾਰਨ ਨੇ ਹੋਏ ਨੇ ਕਿ ਨੰਬਰ 1 ਤਾਂ ਇਕਨੋਮਿਕ ਕਾਰਨ ਕਿ ਬਹੁਤ ਲੋਕਾਂ ਕੋਲੇ ਅੱਜਕੱਲ ਟੀਵੀ ਡਿਜੀਟਲ ਸਭ ਕੋਲੇ ਆ ਹਰ ਬੰਦੇ ਦੇ ਹੱਥ ਸੋਸ਼ਲ ਮੀਡੀਆ smartphone ਵੀ ਹੈਗਾ ਸਸਤਾ ਹੋ ਗਿਆ 8-10 ਹਜ਼ਾਰ ਦਾ ਵੀ ਆਇਆ ਹੈ ਨਾ ਸੋ ਉਹ ਦੇਖਦਾ ਕਿ ਫਲਾਣੇ ਬੰਦੇ ਕੋਲ ਆ ਕੋਈ ਗੱਡੀ ਦੀ ਪਾਉਂਦਾ ਫੋਟੋ ਕੋਈ ਕੁਝ ਪਾਉਂਦਾ ਐਸਪਾਇਰੇਸ਼ਨ ਤਾਂ ਦੇਖੋ ਹਰੇਕ ਦੀਆਂ ਹੁੰਦੀਆਂ ਐਟ ਯੰਗ ਏਜ ਆਪਣਾ ਯੂ نو ਹਾਰਮੋਨ ਜਿਆਦਾ ਰੈਸ ਕਰਦੇ ਆ ਤੇ ਦਿਮਾਗ ਇੰਨਾ ਨਹੀਂ ਇਵੋਲਵ ਹੁੰਦਾ ਸੋ ਉਹ ਸੇਜ ਦੇ ਵਿੱਚ ਮੈਂ ਦੇਖਿਆ ਕਿ ਕਾਫੀ ਜਿਹੜਾ ਯੂਥ ਹੁੰਦਾ ਸਟੂਡੈਂਟ ਪੋਲਿਟਿਕਸ ਵੀ ਇੱਕ ਬੜਾ ਵੱਡਾ ਕਾਰਨ ਹੈਗਾ ਉਹਦੇ 'ਚ ਵੀ ਕਈ ਵਾਰੀ ਐਦਾਂ ਦੇ ਇਨਫਲੂਐਂਸਸ ਹੋ ਜਾਂਦੇ ਆ ਉਹ ਚੰਗੇ ਲੀਡਰ ਵੀ ਬਣਦੇ ਆ ਬਟ ਬੜੇ ਸਾਰੇ ਬੱਚੇ ਨੇ ਐਦਾਂ ਦੇ ਜਿਨ੍ਹਾਂ ਦੇ ਖਿਲਾਫ ਕੋਈ ਲੜਾਈ ਹੋ ਗਈ ਝਗੜਾ ਹੋ ਗਿਆ ਕੇਸ ਦਰਜ ਹੋ ਗਿਆ ਮੈਂ ਤਾਂ ਖੁਦ ਤੁਸੀਂ ਜਿਹੜਾ ਪੰਜਾਬ ਯੂਨੀਵਰਸਿਟੀ ਗਿਆ ਮੈਂ ਤਾਂ ਤਿੰਨ ਆਰਟਸ ਬਲੌਗ ਦਾ ਸਟੂਡੈਂਟ ਰਿਆ ਐਮਏ ਇੰਗਲਿਸ਼ ਕੀਤੀ ਆ ਲਾਅ ਕੀਤਾ ਐਮਬੀਏ ਕੀਤੀ ਆ ਸੋ ਸੀ ਤਾਂ ਆਪਣੇ ਨਾਲ ਬੜਿਆਂ ਨੂੰ ਦੇਖਦੇ ਸੀਗੇ ਕਿ ਮਤਲਬ ਪਹਿਲਾਂ ਮਿਨਿਮਲ ਲਿਕ ਕਿਉਰਸਟੀ ਨਾਲ ਸ਼ੁਰੂ ਹੋਏ ਫਿਰ ਬਾਅਦ ਚੋ ਜਿਆਦੇ ਇਨਵੋਲਵ ਹੋ ਗਏ ਉਹਦਾ ਇੱਕ ਗਲੈਮਰ ਹੁੰਦਾ ਵੀ ਲੜਾਈ ਆ ਕੁੱਟਤਾ ਸਾਡੇ ਨਾਲ ਚਾਰ ਬੰਦੇ ਨੇ ਅਸੀਂ ਤਗੜੇ ਆ ਬਾਅਦ ਚੋ ਰਿਗਰੈਟ ਕਰਦੇ ਆ ਜਦੋਂ 1 on 1 ਫੇਸ ਕਰਦੇ ਆ ਬਟ ਹੁੰਦਾ ਕੀ ਆ ਕਿ ਆਮ ਜਿਆਦੇ ਲੋਕਾਂ ਦੇ ਸਾਹਮਣੇ ਆਂਦਾ ਕਿ ਆ ਉਹ ਪੰਜੀਪ ਲੈ ਕੇ ਘੁੰਮ ਰਿਹਾ ਯੂ نو ਹਰ ਬੰਦਾ ਚਾਹੁੰਦਾ ਕਿ ਮੈਂ ਵੀ ਉਹੋ ਚੀਜ਼ ਕਰਾਂ ਜਿਹੜਾ ਉਹ ਜੇਲ੍ਹ 'ਚ ਸਫਰ ਕਰ ਰਿਹਾ ਸੋਲਿਟਿਊਡ ਦੇ ਵਿੱਚ ਉਹ ਸਭ ਦੇ ਸਾਹਮਣੇ ਨਹੀਂ ਆਉਂਦਾ ਉਹ ਤਸਵੀਰਾਂ ਕਦੀ ਨਹੀਂ ਦਿਖਾਈਆਂ ਜਾਂਦੀਆਂ ਹਾਂ ਸੋ ਉਹ ਮੈਂ ਤਾਂ ਹੁਣ ਇੰਨੇ ਇਨਾਂ ਨੂੰ ਲਿਆ ਲਿਆ ਕਿ ਜੇਲ੍ਹਾਂ 'ਚੋਂ ਕਿਤੇ ਕਈ ਸੈਂਕੜੇ ਜਣਿਆਂ ਨਾਲ ਇੰਟਰੋਗੁਏਸ਼ਨਸ ਕਰ ਲਈਆਂ ਸੋ ਬਹੁਤ ਹੀ ਜ਼ਰਗਰੇਟ ਕਰਦੇ ਨੇ ਇਦਾਂ ਦੀ ਗੱਲ ਨਹੀਂ ਹੈਗੀ ਪਰ ਜਦੋਂ ਜੇਲ੍ਹ 'ਚ ਪੇਸ਼ ਹੁੰਦੇ ਨੇ ਜਿਹੜੇ ਵੱਡੇ ਨੇ ਪਾ ਲੈਂਦੇ ਆ ਸੋਹਣੇ ਕੱਪੜੇ ਤੇ ਚੇਨਾ ਚੁੰਨਾ ਪਾ ਲੈਂਦੇ ਆ ਤੇ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਬਈ ਬੜਾ ਉਹ ਬਟ ਜਦੋਂ ਇਹhota kiya 2 ਘੰਟੇ ਦੀ ਜੇਲ ਦਪੇਰੇ ਹਾਂਸਾ ਨਾ ਬਾਅਦ ਚੋ ਜਦੋਂ ਜਾਂਦੇ ਆ ਤਾਂ ਕਾਫੀ ਜ਼ਿਆਦਾ ਇਹਨਾਂ ਚੋ ਕਰਦੇ ਨੇ ਬਟ ਫਿਰ ਕ੍ਰਿਮੀਨਲ ਜਸਟਿਸ ਸਿਸਟਮ ਚ ਕੋਈ ਰੀਹੈਬਿਲੀਟੇਸ਼ਨ ਵਾਲਾ ਤਾਂ ਕੋਈ ਬਾਲਾ ਆਪਰਚੂਨਿਟੀ ਹੈ ਨਹੀਂਗੀ ਐਂਡ ਆਪਣੇ ਟ੍ਰਾਇਲ ਵੀ ਬੜੇ ਲੰਬੇ ਚੱਲਦੇ ਆ ਕੋਈ ਇਹ ਤਾਂ ਹੈ ਨਹੀਂ ਜਾਂਦਾ ਮਹੀਨੇ 2 ਮਹੀਨੇ ਟ੍ਰਾਇਲ ਖਤਮ ਹੋ ਜੇ ਤੇ ਪਤਾ ਲੱਗ ਜੇ ਬੰਦਾ ਗਿਲਟੀ ਹੈ ਨਹੀਂ ਹੈ ਤੇ ਜੇ ਗਿਲਟੀ ਨਹੀਂ ਹੈ ਤਾਂ ਆਪਣੀ ਯੋ ਫੋਰਾਂਚ ਕੀ ਹੈਗਾ ਕਿ ਜੇ ਤੁਸੀਂ ਨਹੀਂ ਗਿਲਤੀ ਤਾਂ ਲੋਕਾਂ ਦੀਆਂ ਨਜ਼ਰਾਂ ਚ ਵੀ ਗਿਲਤੀ ਨਹੀਂ ਹੈਗੇ ਉਹ ਫੇਥ ਹੈਗਾ ਨਾ ਕਿ ਵੀ ਆਏ ਜਿਹੜਾ ਨਿਆਏ ਸੀ ਸੱਚਾ ਸੀ ਸੋ ਆਪਣੇ ਇੱਥੇ ਉਹ ਵੀ ਨਹੀਂ ਹੈਗਾ ਸੋ ਇੱਕ ਤਰੀਕੇ ਨਾਲ ਇੱਕ ਵਾਰ ਤੁਸੀਂ ਇੱਕ ਪਾਸੇ ਤੁਰ ਗਏ ਤਾਂ ਉਹਦੇ ਚ ਆਪਰਚੂਨਿਟੀ ਦੁਬਾਰਾ ਮਿਲਦੀ ਨਹੀਂ ਹੈਗੀ ਸਾਡੇ ਆਪੇ ਉਹ ਜਿਵੇਂ ਕਹਿੰਦੇ ਨਾ ਸਵੇਰ ਦਾ ਪੁੱਲਿਆ ਸ਼ਾਮੀ ਘਾਰਾ ਜੇ ਇੱਥੇ ਘਰ ਆਂਦਾ ਰਸਤਾ ਨਹੀਂ ਹੈਗਾ ਹਾਂ ਸੋ ਫਿਰ ਇੱਥੇ ਕਿਸੇ ਨੇ ਨਾਮ ਤੁਹਾਡਾ ਸਟੂਡੈਂਟ ਪੋਲਿਟਿਕਸ ਕੀ ਹੁੰਦਾ ਤੁਹਾਡੇ ਵਿਰੋਧੀਆਂ ਨੇ ਲਿਖਤਾ ਜੀ ਆ ਵੀ ਸੀਗਾ ਇਹਨੇ ਵੀ ਸੀ ਸੋ ਕਿੰਨਾ ਉਹਦੇ ਗ੍ਰੈਵਿਟੀ ਦੇ ਨਾਲ ਇਨਵੈਸਟੀਗੇਸ਼ਨ ਹੋ ਪਾਂਦੀ ਆ ਕਈ ਵਾਰੀ ਜਸਟਿਸ ਸਿਸਟਮ ਜਨਾਇਜ਼ ਵੀ ਹੋ ਜਾਂਦੀ ਆ ਸੋ ਇੰਨਾ ਚ ਕੋਈ ਐਦਾਂ ਦੇ ਨੇ ਜਿਹੜੇ ਬਰਡੇ ਚੰਗੇ ਸਪੋਰਟਸਮੈਨ ਹੈਗੇ ਸੀ ਨੈਸ਼ਨਲ ਲੈਵਲ ਦੇ ਉਹਦੇ ਖਿਲਾਫ ਜਿੱਦਾਂ ਕੇਸ ਜਿੱਦਾਂ ਹੁਣ ਇੱਕ ਇਹਦਾ ਸਾਥੀ ਸੀ ਲਾਰੈਂਸ ਦੇ ਸੰਪਦ ਨਹਿਰਾ ਉਹ ਨੈਸ਼ਨਲ ਲੈਵਲ ਦੇ ਕੈਥਲਨ ਦਾ ਪਲੇਅਰ ਸੀਗਾ ਤੇ ਉਹ ਵੀ ਐਨਆਈਐਸ ਦਾ ਕੈਂਪ ਕਰ ਰਹੇ ਉੱਥੇ ਲੜਾਈ ਹੋ ਗਈ ਉੱਥੇ ਇੱਕ ਪਰਚੇ ਦਰਜ ਹੋ ਗਏ ਸਪੋਰਟਸ ਕੈਰੀਅਰ ਖਤਮ ਹੋ ਗਿਆ ਦੂਜੇ ਪਾਸੇ ਵੀ ਇਦਾਂ ਦੇ ਨੇ ਕਈ ਨਾ ਜੋ ਕਬੱਡੀ ਪਲੇਅਰ ਰਹੇ ਨੇ ਕਈ ਨੈਸ਼ਨਲ ਲੈਵਲ ਦੇ ਸਪੋਰਟਸ ਪਰਸਨ ਰਹੇ ਨੇ ਸੋ ਕਈ ਬਟ ਇਨਾਂ ਜੋ ਕੌਨਸ਼ੀਅਸਲੀ ਆਏ ਵੀ ਨੇ ਕਈਆਂ ਨੂੰ ਇਹ ਲੱਗਦਾ ਵੀ ਮਿਹਨਤ ਕਿਉਂ ਕਰਨੀ ਆ ਵੀ ਜੇ 15-20000 ਰੁਪਈਆ ਮਹੀਨੇ ਦਾ ਕਮਾ ਲਾਂਗੇ ਕਿਤੇ ਮਾਰ ਖੱਪ ਕੇ ਤੇ ਇਹਨਾਂ ਨੂੰ ਉਹ ਅਪੀਲ ਹੀ ਨਹੀਂ ਕਰਦਾ ਉਹਨਾਂ ਲੱਗਦਾ ਵੀ ਇੱਕ ਵਾਰੀ ਵਾਰਦਾਤ ਕਰੋ 20-30 ਲੱਖ ਲੁੱਟ ਲਓ ਤੇ 20-30 ਲੱਖ ਤਾਂ ਉਹਨਾਂ ਲੱਗਦਾ 20 ਸਾਲਾਂ ਚ ਨਹੀਂ ਕਮਾ ਸਕਣਾ ਕਈਆਂ ਨੂੰ ਇਹ ਲੱਗਦਾ ਵੀ ਠੀਕ ਹੈ 6 ਮਹੀਨੇ ਜੇਲ੍ਹ ਹੋ ਜੂ 4 ਮਹੀਨੇ ਹੋ ਜੂ ਬਾਅਦ ਚੋ ਜ਼ਮਾਨਤ ਹੋ ਜੂਗੀ ਹੂੰ ਹੂੰ ਚੱਲਦਾ ਰਹੂਗਾ ਸੋ ਕਈਆਂ ਨੂੰ ਇਹ ਆ ਵੀ ਸਾਡੇ ਤੋਂ ਡਰਨਗੇ ਕਵਾ ਭੁਗਤਣਾ ਨਹੀਂ ਹੈਗਾ ਸੋ ਬੜੇ سارے ਕਾਰਨ ਨੇ ਮਤਲਬ ਇਹ ਤੱਕ ਕੋਈ ਕਾਰਨ ਨਹੀਂ ਹੈਗਾ ਬਚਾ ਸਾਰਾ ਨੈਟਵਰਕ ਬਣ ਰਿਹਾ ਹੈਗਾ ਇਹ ਇਤੀ ਜ਼ਿੰਮੇਵਾਰੀ ਕਿ ਸੋਸ਼ਲ ਮੀਡੀਆ ਤੇ ਪੈਂਦੀ ਹੈਗੀ ਹੈ ਬਿਕੋਜ਼ ਮੈਂ ਇੱਕ ਪਰ ਰੀਸ ਕਿ ਵੀ ਇਹਨਾਂ ਨੇ ਕਿਹਾ ਵੀ ਹੁਣ ਰਿਕਰੂਟਮੈਂਟ ਬੜੀ ਸੌਖੀ ਹੋ ਗਈ ਹੈ ਨਵੇਂ ਬੱਚੇ ਲਿਆਣੇ ਕੋ ਸੋਸ਼ਲ ਮੀਡੀਆ ਤੇ ਪਾਓ ਲੋਕੀ ਮੈਸੇਜ ਕਰਦੇ ਸੋ ਨੈਟਵਰਕ ਫੈਲੀ ਜਾ ਰਿਹਾ ਸੋ ਕਿੱਥੇ ਉਹ ਉਹ ਇੱਕ ਵੱਡਾ ਕਾਰਨ ਹੈਗਾ ਹਾਂ ਇਹਨਾਂ ਨੂੰ ਬਹੁਤ ਤੁਸੀਂ ਇਹਨਾਂ ਦੇ ਜਿਹੜੇ ਇਹਦੇ ਚ ਸ਼ੂਟਰਜ਼ ਹੈਗੇ ਨੇ ਅ ਸਚਿਨ ਮਹਿਵਾਨੀ ਦਾ ਜਿਹੜਾ ਫੇਸਬੁੱਕ ਪੇਜ ਆ ਤੇ 5000 ਰਿਕਵੈਸਟ ਆਈਆਂ ਹੋਈਆਂ ਬਾਅਦ ਚ ਜਿਹੜਾ ਇਹਨਾਂ ਦਾ ਕੋਈ ਵੀ ਇਹਨਾਂ ਦਾ ਇਹਨਾਂ ਦਾ ਅਜ ਪ੍ਰੋਪਰ ਹੈਂਡਲ ਹੈ ਨਹੀਂਗਾ ਜੇ ਕਿਤੇ ਇਹਨਾਂ ਦਾ ਪ੍ਰੋਪਰ ਸੋਸ਼ਲ ਮੀਡੀਆ ਹੈਂਡਲ ਹੋਏ ਜਿਹੜੇ ਮੇਨ ਗੈਂਗਸਟਰ ਨੇ ਇਹਨਾਂ ਨੂੰ ਹਜ਼ਾਰਾਂ ਚ ਰਿਕੁਐਸਟਾਂ ਆ ਜਾਣਗੀਆਂ ਇਹਨਾਂ ਨੂੰ ਜੁਆਇਨ ਕਰਨ ਦੀਆਂ ਇਹਨਾਂ ਨਾਲ ਦੋਸਤੀ ਕਰਨ ਦੀਆਂ ਬੜੇ ਤਰ੍ਹਾਂ ਦੇ ਯੂਥ ਨੇ ਜਿਹੜੇ ਜਿੰਨਾਂ ਨੂੰ ਇਹ ਚੀਜ਼ ਅਪੀਲ ਹੀ ਕਰਦੀ ਹੈਗੀ ਆ ਕ੍ਰਾਈਮ ਦੇ ਇੱਕ ਆਪਣੀ ਚਾਹੇ ਨੈਗੇਟਿਵ ਕਹਿ ਲੋ ਜਿੱਦਾਂ ਦੇ ਵੀ ਕਹਿ ਲੋ ਅ ਇਹਨਾਂ ਦਾ ਅਪੀਲ ਤਾਂ ਹੈ ਸੋ ਅਰੇ ਜਿਹੜਾ ਮੇਨ ਅਦਰ ਜਿਹੜਾ ਕਾਰਨ ਹੈ ਇਹਦਾ ਪੈਸਾ ਕਿੱਥੋਂ ਆਉਂਦਾ ਹੈ ਇਹ ਦਾ ਮਤਲਬ ਐਕਸਟਰੈਕਸ਼ਨ ਇੱਕ ਚੀਜ਼ ਕਹੀ ਜਾਂਦੀ ਹੈ ਬਟ ਜੇ ਤੁਸੀਂ ਯਾਦ ਕਰੋ 2016 ਦੀ ਗੱਲ ਹੈ ਮੈਂ ਕਿਹਾ UN ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਜਿੱਥੇ ਵੀ ਨਸ਼ਾ ਆਏਗਾ ਉੱਥੇ ਗਨਸ ਆਣਗੇ ਉੱਥੇ ਵਾਇਲੈਂਸ ਆਣਗੇ ਗੈਂਗਸਟਰ ਆਏਗੇ ਐਂਡ ਅਸੀਂ ਉਸੇ ਟਰੈਕ ਤੇ ਚੱਲਦੇ ਆ ਰਹੇ ਹਾਂ ਪੰਜਾਬ ਵਿੱਚ ਖਾਸ ਕਰਕੇ ਸੋ ਵਾਟ ਇਜ਼ ਅ ਮੇਨ ਥਿੰਗ ਔਰ 뮤직 ਇੰਡਸਟਰੀ ਬਿਕਾਜ਼ ਪੰਜਾਬ ਦੇ ਗੀਤ ਦੁਨੀਆ ਪਰ ਚੱਲਦੇ ਨੇ ਇੱਕ ਇੰਡਸਟਰੀ ਸੋ ਵਾਟ ਐਕਚੁਅਲ ਬਿਕੋਜ਼ ਜਦ ਤੱਕ ਪੈਸਾ ਨਹੀਂ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਬ੍ਰਾਂਡਸ ਹਨ ਉਹ ਵੀ ਨਹੀਂ ਹੈਗੇ ਨੇ ਐਕਸਟੋਰਸ਼ਨ ਚ ਕਾਫੀ ਹੈਗੇ ਨੇ ਪਰ ਅਸੀਂ ਇੱਥੇ ਇਹ ਵੀ ਦੇਖਿਆ ਹੈਗਾ ਕਿ ਜੇ ਇਹ ਇੱਕ ਐਕਸਟੋਰਸ਼ਨ ਦੀ ਕਾਲ ਕਰਦੇ ਆ ਤਾਂ 10 ਕਾਲਾਂ ਇਹਨਾਂ ਦੇ ਨਾਂ ਤੇ ਦੂਜੇ ਲੋਕ ਕਰਦੇ ਆ ਉਹ ਦੂਜੇ ਲੋਕ ਕੌਣ ਹੋਣਗੇ ਉਹ ਵੀ ਗੈਂਗਸਟਰ ਹੋਣਗੇ ਇਹਨਾਂ ਦੇ ਵਿੱਚੋਂ ਹੋਣਗੇ ਆਪੋਜ਼ਿਟ ਗੈਂਗ ਹੋਣਗੇ ਜਾਂ ਨਾਰਮਲ ਲੋਕ ਹੀ ਕਰ ਸਕਦੇ ਨੇ ਮੰਲਾ ਵੈਂਦੀ ਗੰਗਾ ਦੇ ਹੱਥ ਤੋੜਨ ਵਾਲੀ ਗੱਲ ਹੈ ਬਹੁਤ ਲੋਕ ਤੋੜਨ ਦੀ ਕੋਸ਼ਿਸ਼ ਕਰਦੇ ਆ ਹਰ ਤਰ੍ਹਾਂ ਦੇ ਵਰਗ ਚੋਂ ਤੇ ਦੂਜੇ ਨੰਬਰ ਤੇ ਇਹ ਹੈਗਾ ਕਿ ਮਿਊਜ਼ਿਕ ਇੰਡਸਟਰੀ ਜਿੰਨਾ ਦਾ ਕਾਫੀ ਇੰਟਰਸਟ ਹੈਗਾ ਤੇ ਡਰੱਗਸ ਦੇ ਵਿੱਚ ਵੀ ਕਾਫੀ ਗੈਂਗਸ ਆ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਪੈਸਾ ਲਿਆ ਐਕਸਟਰਸ਼ਨ ਦਾ ਉਹਨੂੰ ਹੀ ਕਈ ਵਾਰੀ ਦਰਦ-ਦਰੂਦ ਦੇ ਠੇਕਿਆਂ 'ਚ ਵੀ ਲਾ ਦਿੰਦੇ ਆ ਖਾਸ ਤੌਰ ਤੇ ਇਆ ਹੋਰ ਤਰ੍ਹਾਂ ਦੇ ਕੋਸ਼ਿਸ਼ ਕਰਦੇ ਆ ਉਹ ਕਿਤੇ ਨਾ ਕਿਤੇ ਜਾ ਕੇ ਤਾਂ ਇਹਨਾਂ ਦੀ ਵੀ ਕੋਸ਼ਿਸ਼ ਹੈ ਹੁੰਦੀ ਹੈ ਕਿ ਅਸੀਂ ਉਹਨੂੰ ਲੈਜਿਟਮਾਈਜ਼ ਕਰ ਸਕੀਏ ਸਰ ਕਦੀ ਤੁਸੀਂ ਇਦਾਂ ਦੇਖਿਆ ਕੋਈ ਕਦੀ ਤੁਹਾਡਾ ਪੁਰਾਣਾ ਤੁਸੀਂ ਦੇਖਿਆ ਗੈਂਗਸਰ ਅੱਜ ਅੱਜ ਸਿਆਸਤਦਾਨ ਬਣ ਗਿਆ ਚਿੱਟਾ kurta ਪਜਾਮਾ ਪਾ ਲਿਆ ਹੈਗਾ ਤੁਹਾਡੀ ਸਮਾਈਲ ਨੇ ਆਨਸਰ ਦੇ ਤੁਸੀਂ ਦੇ ਨਹੀਂ ਸਕਦੇ ਪਰ ਤੁਹਾਡੀ ਸਮਾਈਲ ਨੇ ਆਨਸਰ ਦਿੱਤਾ ਮੇਰੇ ਕਿ ਇਦਾਂ ਹੁੰਦਾ ਹੀ ਹੋਣਾ ਲੈਜਿਟਮਾਈਜ਼ ਬਿਕੋਜ਼ ਜਿਹੜਾ ਕਾਲਾ ਧੰਨਾ ਹੈ ਉਹਨੂੰ ਸਫੇਦ ਤੇ ਕੋਈ ਕਰਨ ਦਾ ਤਰੀਕਾ ਲੱਭ ਨਹੀਂ ਹੁੰਦੇ ਹੈਗੇ ਏ ਤਾਂ ਹੁਣ ਪਬਲਿਕ ਡੋਮੇਨ ਚ ਨੇ ਤਾਂ ਤੁਸੀਂ ਥੋੜਾ ਜਿਆਦਾ ਸੋਸ਼ਲ ਮੀਡੀਆ ਰਿਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਮੈਨੂੰ ਪੁੱਛਣ ਦੀ ਲੋੜ ਨਹੀਂ ਸੋ ਇਸ ਸਿਸਟਮ ਇਸ ਤਰ੍ਹਾਂ ਤੋਂ ਬਣਿਆ ਬਟ ਯੂ نو ਤੁਸੀਂ ਰੀਸੈਂਟਲੀ ਇੱਕ ਗੱਲ ਕਹੀ ਸੀ ਕਿ ਜਿਹੜਾ ਇਹ ਕਤਲ ਏ ਇਹ ਮੈਨੂੰ ਦਾਅਵੂ ਦੌਰ ਪਪਿਲਰੀ ਟਾਈਪ ਤਾਂ ਮਹਾਰਾਸ਼ਟਰ ਪੁਲਿਸ ਉਹਨਾਂ ਨੇ ਕਹੀ ਸੀਗੀ ਸੋ ਤੁਹਾਨੂੰ ਵੀ ਲੱਗਦਾ ਕਿ ਇਹ ਸਿਰਫ 뮤직 ਇੰਡਸਟਰੀ ਨਹੀਂ ਇਹ ਕਾਫੀ ਇਸ ਗੌਨ ਬਿਯੋਂਡ ਮਤਲਬ 뮤직 ਇੰਡਸਟਰੀ ਤੋਂ ਅੱਗੇ ਕਾਫੀ ਵੱਧ ਚੁੱਕਾ ਹੈਗਾ ਨੀ ਜੇ ਤੁਸੀਂ ਕਰਾਇਮ ਦੀ ਇਹਦੀ ਪਲੈਨਿੰਗ ਦੇਖੋ ਤਾਂ ਇਹ ਤਾਂ ਕਾਫੀ ਨੈਕਸਟ ਲੈਵਲ ਦਾ ਕਰਾਇਮ ਆ। ਮਤਲਬ ਇੱਕ ਬੰਦਾ ਬੈਠਾ ਦੁਬਈ 'ਚ ਸ਼ੂਟਰ ਆਰਗੇਨਾਈਜ਼ ਕਰ ਰਿਹਾ, ਇੱਕ ਕੈਨੇਡਾ ਬੈਠਾ, ਇੱਕੇ ਦਾ ਭਰਾ ਉਹ ਵੀ ਬਾਹਰ ਬੈਠਾ। ਇੱਕ ਇਨਾਂ ਦਾ ਬੰਦਾ ਹੋਰ ਦੁਬਈ ਬੈਠਾ ਵਿਕਰਮ ਰਾੜ। ਪਹਿਲਾਂ ਇਹਨਾਂ ਦਾ ਇੱਕ ਸਾਥ ਆਇਆ ਸੀ THAILAND ਤੋਂ ਲੈ ਕੇ ਆਂਦੇ ਕਾਲਾ ਰਾਣਾ। ਤੇ ਹੋਰ ਵੀ ਇਹਨਾਂ ਦੇ ਦੋ ਤਿੰਨ ਕੰਟਰੀ 'ਚ ਫਿਰ ਉਹ ਕਿਲਿੰਗ ਤੋਂ ਬਾਅਦ ਅਜ਼ਰਬੈਜਾਨ ਨਿਕਲ ਜਾਂਦਾ ਹੈਗਾ। ਤੇ ਬਾਕੀ ਸਾਰੀਆਂ ਡਿਟੇਲ ਅਸੀਂ ਸ਼ੇਅਰ ਕੀਤੀਆਂ ਜਿੱਦਾਂ ਵੈਪਨ ਕੋਈ ਲਿਆ ਰਿਹਾ ਗੱਡੀਆਂ ਕੋਈ ਲਿਆ ਰਿਹਾ ਠਹਿਰਾ ਕੋਈ ਆਰਗੇਨਾਈਜ਼ ਕਰ ਰਿਹਾ ਬਹੁਤ ਬਹੁਤ ਹੀ ਜ਼ਿਆਦਾ ਔਰ ਇੰਨਾ ਕਲੌਕਵਰਕ ਵੰਗ ਸਿਸਟਮ ਚੱਲ ਰਿਹਾ ਹੈਗਾ ਲੈਬੋਰੇਟ ਕਾਫੀ ਕਾਫੀ ਡਿਟੇਲਡ ਪਲੈਨਿੰਗ ਕੀਤੀ ਹੈ ਔਰ ਇੰਟਰਨੈਸ਼ਨਲ ਬਾਰਡਰਸ ਲਾਈਕ ਯੂ ਸੀਕ ਸੋ ਹੁਣ ਕੋਈ ਇਹੋ ਜਿਹਾ ਕੋਰਪੋਰੇਸ਼ਨ ਚੱਲ ਰਹੀ ਹੈ ਕੈਨੇਡਾ ਨਾਲ ਕਿ ਬਿਕਾਉਜ਼ ਜਿਹੜੇ ਲੋਕ ਉੱਥੋਂ ਬੈਠ ਕੇ ਇਧਰ ਬਿਕਾਉਜ਼ ਇਸ ਨੂੰ ਇੱਕ ਪੰਥਕ ਰੰਗਤ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਸੋ ਔਰ ਜੇ ਅਸੀਂ ਬਾਣੀ ਨੂੰ ਸਮਝੀਏ ਜਾਂ ਪੜੀਏ ਇਹ ਤਾਂ ਕੋਈ ਥਾਂ ਨਹੀਂ ਉਹਦੇ ਵਿੱਚ ਸਿਵਾਏ ਕਿ ਤੁਸੀਂ ਘਰ ਵਾਪਸ ਆਨ ਦਾ ਇੱਕ ਰਸਤਾ ਹੈਗਾ ਸੋ ਉਹਨੂੰ ਜੋ ਪੰਥਕ ਰੰਗਤ ਵੀ ਦੇਣ ਜਾਈ ਗੁੰਮਰਾਹ ਕਰਨ ਲਈ ਕੰਮ ਆਂਦੀ ਹੈਗੀ ਐ ਸੋ ਉਹਦੇ ਬਾਰੇ ਹੁਣ ਕੁਝ ਕੁਝ ਪੰਜਾਬ ਬੀਇੰਗ ਅ ਬਾਰਡਰ ਸਟੇਟ ਕਾਫੀ ਡੇਂਜਰਸ ਗੱਲ ਹੈ ਕਿ ਵੀ ਅਸੀਂ ਅੱਜ ਗੈਂਗਸਟਰਵਾਦ ਨੂੰ ਇੱਕ ਪੰਥਕ ਰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਪੰਥਕ ਤਾਂ ਦੇਖੋ ਹੁਣ ਇਹਦੇ ਚ ਹੈ ਗੁਰਬਾਣੀ ਤਾਂ ਬਹੁਤ ਮੀਨਿੰਗਫੁਲ ਹੈਗੀ ਆ ਮਹਾਰਾਜ ਦੀ ਬਾਣੀ ਤਾਂ ਹੈਗੀ ਸਤ ਗੁਰ ਖੋਟੇਆਂ ਖਰੇ ਖਰੇ ਸ਼ਬਦ ਸਵਾਰਨ ਹਾਰਾ ਇੱਕ ਖੋਟੇ ਖਰੇ ਇੱਕ ਆਪ ਪਰਖਣ ਹਾਰਾ ਸੋ ਮਹਾਰਾਜ ਤਾਂ ਕਹਿੰਦੇ ਆ ਕੋਣ ਖੋਟਾ ਕੋਣ ਖਰਾ ਪਰਖੂਗਾ ਤਾਂ ਉਹੀ ਨਾ ਸੋ ਤੁਸੀਂ ਸੋਚੋ ਵੀ ਇਹਨੇ ਗਲਤ ਕੀਤਾ ਇਹਨੂੰ ਸਜ਼ਾ ਮੈਂ ਦਊਗਾ ਤਾਂ ਇਹ ਤਾਂ ਕੋਈ ਇਹ ਤਾਂ ਕੋਈ ਇਹ ਤਾਂ ਕਿਤੇ ਆਉਂਦਾ ਨਹੀਂ ਉ ਤਾਂ ਤੁਸੀਂ ਕਿਸੇ ਚੀਜ਼ ਨੂੰ ਟਵਿਸਟ ਕਰਨਾ ਹੈਗਾ ਤੁਸੀਂ ਜੇ ਉਹਦੀ ਅਸਲੀ ਸਪਿਰਿਟ ਨੂੰ ਨਹੀਂ ਫੜਨਾ ਹੈਗਾ ਤਾਂ ਜਿੱਧਰ ਮਰਜ਼ੀ ਤੁਸੀਂ ਗੱਲ ਨੂੰ ਲੈ ਜਾਓ ਮਹਾਰਾਜ ਦੀ ਬਾਣੀ ਤਾਂ ਮਤਲਬ ਇਦਾਂ ਨਹੀਂ ਕਰੀ ਜੀ ਇਹ ਪੰਜਾਬ ਲਈ ਕਾਫੀ ਇੱਕ ਖਤਰਨਾਕ ਕਨਸੀਕਵੈਂਸਸ ਲਿਆ ਸਕਦੀ ਹੈ ਇਹ ਕੋਈ ਇੱਕ ਅਸੇ ਐਲੀਮੈਂਟ ਦੇਖਦੇ ਆ ਜਿਹੜਾ ਕੈਨੇਡਾ ਤੋਂ ਬੈਠ ਕੇ ਵਾਰ-ਵਾਰ ਪੰਜਾਬ ਵਿੱਚ ਛੋਟੀ-ਛੋਟੀ ਕੋਸ਼ਿਸ਼ ਲੱਗੇ ਰਹਿੰਦੇ ਆ ਰੈਗੂਲਰ ਕੋਸ਼ਿਸ਼ ਲੱਗੀ ਰਹਿੰਦੀ ਹੈ ਕਿ ਪੰਜਾਬ ਵਿੱਚ ਯੂ ਨੋ ਇੱਕ ਇਹੋ ਜਿਹੀ ਵਖਵਾਦੀ ਸਪਿਰਿਟ ਚਲਦੀ ਰਹੇ ਦੇਖੋ ਹਰ ਤਰ੍ਹਾਂ ਦੇ ਵਰਗ 'ਚ ਲੋਕ ਨੇ ਕਦੇ ਵੀ ਇਹੋ ਜਿਹਾ ਮੌਕਾ ਕਿਸੇ ਵੀ ਧਰਮ 'ਚ ਨਹੀਂ ਹੈਗਾ ਕਿ ਜਿੱਥੇ 1 2 4% ਇਦਾਂ ਦੇ ਲੋਕ ਨਾ ਹੋਣ ਜਿਹੜੇ ਇੱਕ ਐਕਸਟ੍ਰੀਮ ਥਿਊ ਰੱਖਦੇ ਨੇ ਪਰ ਆਪਾਂ ਦੇਖੋ ਮੇਨਸਟ੍ਰੀਮ ਦੀ ਗੱਲ ਕਰਨੀ ਆਮ ਬੰਦਾ ਕੀ ਚਾਹੁੰਦਾ ਆਮ ਬੰਦਾ ਚਾਹੁੰਦਾ ਕਿ ਮੇਰੀ ਪੀਸਫੁੱਲ ਜ਼ਿੰਦਗੀ ਹੋਵੇ ਮੇਰੇ ਬੱਚੇ ਪੜਨ ਰੋਜ਼ੀ ਰੋਟੀ ਕਮਾਣ ਸ਼ਾਂਤੀ ਨਾਲ ਰਹੀ ਇਹ ਵਰਗ ਤਾਂ 90% ਪਲੱਸ ਆ ਨਾ ਸੋ ਜਿਹੜਾ ਹੁਣ 2 4% ਨੇ ਜਿਨੇ ਉਲਟ ਪੁੱਠਾ ਹੀ ਸੋਚਣਾ ਸਹੀ ਸੋਚਣਾ ਹੀ ਨਹੀਂਗਾ ਉਹਨੂੰ ਫਿਰ ਤੁਸੀਂ ਇੱਕ ਪੁਆਇੰਟ ਤੋਂ ਜ਼ਿਆਦਾ ਤਾਂ ਫਿਰ ਉਹਦੀ ਉਹਦੀ ਥਿੰਕਿੰਗ ਚੇਂਜ ਨਹੀਂ ਕਰ ਸਕਦੇ ਜੋ ਕਰੂਗਾ ਤਾਂ ਫਿਰ ਲੋ ਹੀ ਉਹਨੂੰ ਮੈਂ ਉਹ ਹੀ ਕਹਿ ਰਹੀ ਹਾਂ ਲੋ ਹੁਣ ਜਾ ਰਹੀ ਹੈ ਕਰਾਸ ਬਾਰਡਰਸ ਤੇ ਜਾ ਰਹੀ ਹੈ ਕਿ ਕੈਨੇਡਾ ਤੱਕ ਸਹਿਯੋਗ ਮਿਲ ਰਿਹਾ ਹੈਗਾ ਉਧਰ ਹਾਂ ਕਾਫੀ ਹੈ ਦੇਖੋ ਥੋੜਾ ਟਾਈਮ ਲੱਗ ਜਾਂਦਾ ਬਟ ਇਹ ਆ ਕਿ ਜਿਹੜਾ ਇੰਡੀਆ ਚੋਂ ਤੁਸੀਂ ਥੋੜਾ ਜਲਦੀ ਆ ਜਾਂਦਾ ਉਹ ਜਸਟਿਸ ਦੇ ਵੀਲਸਲੇ ਜਿਹੜਾ ਬਾਹਰ ਉਹਨੂੰ ਕਹੇ ਬਈ ਟਾਈਮ ਲੱਗੇ ਪਰ ਕਿੰਨੀਆਂ ਡਿਪੋਰਟੇਸ਼ਨਸ ਨੇ ਇੱਕ ਤੋਂ ਇੱਕ ਡਾਣ ਆ ਚੁੱਕੇ ਨੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਸਰ ਇਸ ਕੇਸ ਨੇ ਤੁਹਾਡੀ ਪਰਸਨਲ ਲਾਈਫ ਤੇ ਵੀ ਮੈਂ ਥੋੜਾ ਜਿਹਾ ਅੰਡਰਸਟੈਂਡ ਕਰ ਦਿੱਤਾ ਕਿ ਕਾਫੀ ਇਫੈਕਟ ਕੀਤਾ ਹੈਗਾ ਸੋ ਤੁਸੀਂ ਯੂ نو ਬੈਲੈਂਸਿੰਗ ਆਈ ਬਲੀਵਸ ਆਟ ਅ ਮਦਰ ਕਾਫੀ ਚਿੰਤਾਜ ਰਹਿੰਦੇ ਸੀ ਕਿ ਐਂਡ ਬੈਲੈਂਸਿੰਗ ਥੈਟ ਔਰ ਇਹਦੇ ਵਿੱਚ ਇੰਨਾ ਇੰਟਰਸਟ ਲਾਣਾ ਕਿਦਾਂ ਬੈਲੈਂਸ ਕੀਤਾ ਬਲੋ ਦੇਖੋ ਐਜ਼ ਅ ਪੁਲਿਸ ਆਫਸਰ ਦੇਖੋ ਤੁਹਾਡੀ ਕਾਲਿੰਗ ਹੈਗੀ ਆ ਤੁਸੀਂ ਕੰਮ ਤਾਂ ਕਰਨੇ ਆ ਪਰ ਕਿਹ ਕਿ ਇਸ ਬਾਕੀ ਕਿਸ ਨਾਲ ਵੱਖਰਾ ਸੀਗਾ ਕਿ ਸਭ ਕਿਸਾਂ ਵਿੱਚ ਤੁਸੀਂ ਇਦਾਂ ਹੀ ਜਾਂਦੇ ਹੋ ਨਹੀਂ ਅਸੀਂ ਤਾਂ ਸਾਰੇ ਕੇਸ ਸਾਚਾ ਇਦਾਂ ਹੀ ਜਾਂਦੇ ਅਸੀਂ ਹੋਰ ਪਹਿਲਾਂ ਵੀ ਬਾਰ ਦੀਆਂ ਸਟੇਟਸ ਦੇ ਕਾਫੀ ਚੰਗੇ ਵੱਡੇ ਕੇਸ ਚੰਡੀਗੜ੍ਹ ਦਾ ਇੱਕ ਤਨਿਸ਼ ਕਰੋਬਰੀ ਸੀ ਉਹ ਵੀ ਅਸੀਂ ਖੋਲਿਆ ਸੀਗਾ ਹੋਰ ਬਿਹਾਰ ਦੇ ਮਧਿਆ ਪ੍ਰਦੇਸ਼ ਐਂਡ ਆਮ ਸ਼ੋਰ ਬਾਕੀ ਸਟੇਟਾਂ ਵੀ ਕਰਦੀਆਂ ਰਹਿੰਦੀਆਂ ਨੇ ਥੋੜਾ ਬਹੁਤ ਇੰਡੀਵਿਜੂਅਲ ਤਾਂ ਹੁੰਦੇ ਹੀ ਆ ਹਰ ਚੀਜ਼ ਦੇ ਵਿੱਚ ਪਰ ਗੈਂਗਸਟਰਸ ਨਾਲ ਲੈਣਾ ਯੋਰ ਚਿਲड्रन ਤੁਹਾਡੇ ਮਦਰ ਕੁਝ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਉਹਨਾਂ ਨੂੰ ਹੁਣ ਆਦਤ ਪੈ ਗਈ 25 ਸਾਲ ਹੋ ਗਏ ਸੋ ਕਾਫੀ ਵੱਡੇ ਅਸੀਂ ਪਹਿਲਾਂ ਕੇਸ ਜਿਦਾਂ ਡੈਰੀਅਲ ਸੀਰੀਅਲ ਬਲਾਸਟ ਵਾਲੇ ਬਾਟਲਾ ਵਾਲੇ ਬੋਡਾਇਲ ਜੇਲ ਬ੍ਰੇਕ ਵਾਲੇ ਜਿਹੜੇ ਹੋਰ ਵੱਡੇ ਕੇਸ ਸੀ ਸੋਮਿਆ ਵਿਸ਼ਵਨਾਥਨ ਜਗੀਸ਼ਾ ਗੋਸ਼ ਦੌਲਾ ਸਾਰੇ ਇੱਕ ਤੋਂ ਇੱਕ ਵੱਡੇ ਕੇਸ ਸੀਗੇ ਬਟ ਗੋਡ ਹੈਜ਼ ਬੀਨ ਕਾਈਂਡ ਸਾਰੇ ਅਸੀਂ ਕੋਈ ਐਦਾਂ ਦਾ ਕੇਸ ਹੈ ਨਹੀਂ ਜਿਹੜਾ ਅੱਜ ਤੱਕ ਨਾ ਅਸੀਂ ਡਿਟੈਕਟ ਕੀਤਾ ਹੋਏ ਤੇ ਜਿਹੜੇ ਇੰਪੋਰਟੈਂਟ ਕੇਸੇ ਸਨ ਤਕਰੀਬਨ ਜਿੰਨੇ ਉਹਨਾਂ ਸੈਂਟੈਂਸਿੰਗ ਆ ਜਾਂ ਸਾਰੇ ਕਨਵਿਕਟਿਡ ਵੀ ਨੇ ਸੋ ਯੂ ਕੈਨ ਮਹਾਰਾ ਦੀ ਮੇਰਾ ਤੁਹਾਡੀ ਮੋਟੀਵੇਸ਼ਨ ਕਿੱਥੋਂ ਆਉਂਦੀ ਹੈ ਵੈਸੀ ਮੈਨੂੰ ਇੰਟਰਸਟ ਹੈ ਗਾਇਜ਼ ਯਰ ਟੈਰਰਿਜ਼ਮ ਦੇ ਕ੍ਰਾਈਮ ਦੇ ਸਬਜੈਕਟ ਦੇ ਵਿੱਚ ਸਰ ਆ ਐਜ਼ ਅ ਇਕ ਹਿਊਮਨ ਬੀਇੰਗ ਤੁਸੀਂ ਗੁਰਬਾਨੀ ਬਹੁਤ ਮੰਨਦੇ ਹੈਗੇ ਉਹ ਸਾਡੇ ਇੱਥੇ ਆ ਬਾਬਾ ਨਾਨਕ ਤੇ ਇੱਕ ਜਿਹੜਾ ਕਾਡਰ ਰਾਕਸ਼ਸੀ ਉਸਨੂੰ ਵੀ ਵਾਪਸ ਲਿਆਏ ਸੀ ਬਟ ਜਿਹੜੇ ਅੱਜ ਦੇ ਜਿਹੜੇ ਸਾਡੇ ਕਾਡਰ ਰਾਕਸ਼ਸ ਨੇ ਅਸੀਂ ਲੌਰੈਂਸ ਕੈਲੀ ਜਾਂ ਹੋਰ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਲਈ ਕੋਈ ਵਾਪਸ ਰਸਤਾ ਨਹੀਂ ਹੈ ਬਟ ਜਦ ਤੁਸੀਂ ਇਹਨਾਂ ਨਾਲ ਇੰਟਰੈਕਟ ਕਰਦੇ ਹੋ ਇੱਕ ਗੈਂਗਸਟਰ ਨੂੰ ਮਿਲਦੇ ਹੋ ਜੋ ਇਹਨਾਂ ਇੱਕ ਮਤਲਬ ਕੋਲ ਬਲੱਡਡ ਮਰਡਰਰ ਮਤਲਬ ਜਿੰਨੂੰ ਨਹੀਂ ਤਰਸ ਆਂਦਾ ਕਿਸੇ ਦੇ ਮਤਲਬ ਜੇ ਸ਼ੱਕ ਤੇ ਬਣਾਤੇ ਮਾਰਦਾ ਉਹਨਾਂ ਨਾਲ ਇੰਟਰੈਕਟ ਕਰਨ ਵਿੱਚ ਤੁਹਾਡਾ ਰਵਈਆ ਤੁਹਾਡੇ ਆਪਣੇ ਅੰਦਰ ਕਿਸ ਤਰ੍ਹਾਂ ਦੀ ਫੀਲਿੰਗਸ ਆਉਂਦੀਆਂ ਦੇਖੋ ਐਜ਼ ਪੁਲਿਸ ਆਫਸਰ ਤੁਹਾਡਾ ਇਹ ਤਾਂ ਹੈ ਕਿ ਤੁਸੀਂ ਜਾਣਨਾ ਤਾਂ ਹੈ ਹੀ ਆ ਮਤਲਬ ਚਾਹੇ ਕਿਦਾਂ ਵੀ ਕਿ ਕਿਦਾਂ ਕਰਾਇਆ ਕੀ ਕਰਾਇਆ ਕਿੱਥੇ ਵੈਪਨ ਕਿੱਥੇ ਨੇ ਹੋਰ ਕਿੱਥੇ ਨੇ ਬਟ ਮਤਲਬ ਐਟ ਦ ਸੇਮ ਟਾਈਮ ਉਹ ਬੰਦੇ ਦੀ ਥੋੜਾ ਪਰਸਨਲ ਲਾਈਫ ਕਿਦਾਂ ਆਇਆ ਸਰਕਮਸਟੈਂਸਸ ਕਿੰਨੇ ਕਰੇ ਕੀ ਆ ਸੋ ਇੱਕ ਹਰੇਕ ਦੇਖੋ ਚਾਹੇ ਕੋਈ ਕ੍ਰਿਮੀਨਲ ਆ ਟੈਰਰਿਸਟ ਆ ਗੈਂਗਸਟਰ ਆ ਕੁਝ ਵੀ ਆ ਆਇਆ ਤਾਂ ਉਹ ਸਮਾਜ ਚੋਂ ਹੀ ਆ ਨਾ ਤੇ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਦੇਖਦੇ ਹੋ ਔਰ ਕਰਦੇ ਹੋ ਤੁਸੀਂ ਉਹਦੇ ਨਾਲ ਕਾਫੀ ਡਿਫਰੈਂਟ ਲੈਵਲਸ ਤੇ ਵੀ ਜੇ ਰਿਲੇਟ ਕਰ ਪੰਨੇ ਹੋ ਤਾਂ ਤੁਹਾਨੂੰ ਕਈ ਵਾਰੀ ਕਈ ਵਾਰੀ ਜੋ ਚੀਜ਼ਾਂ ਤੁਸੀਂ ਜੋਰ ਜ਼ਬਰਦਸਤੀ ਨਾਲ ਨਹੀਂ ਪੋਚਾਦੇ ਉਹ ਤੁਹਾਨੂੰ ਕਈ ਵਾਰੀ ਕਿਸੇ ਬੰਦੇ ਦੇ ਨਾਲ ਉਹਦੀ ਕੋਈ ਐਦਾਂ ਦੀ ਰੌ ਨਰਵ ਹੁੰਦੀ ਆ ਤੁਸੀਂ ਉਹਨੂੰ ਪਰ ਇਹਦੇ ਲਈ ਬੜੇ ਘੰਟ ਮਤਲਬ ਇਹ ਤਾਂ ਬਹੁਤ ਲੰਬਾ ਚੜਾ ਮਤਲਬ ਟਾਈਮ ਲਾਉਂਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੈਗੇ ਹੋ ਪਰ ਕਿ ਇੱਕ ਕ੍ਰਿਮੀਨਲ ਮਾਈਂਡ ਇਸ ਤੇ ਮੈਂ ਹੁੰਦਾ ਨਾ ਇਟਸ ਬਲੈਕ ਐਂਡ ਵਾਈਟ ਕਿ ਵੀ ਯਾਂ ਤੁਸੀਂ ਚੰਗੇ ਹੋ ਯਾਂ ਮਾੜੇ ਉਦਾਂ ਦਾ ਕ੍ਰਿਮੀਨਲ ਮਾਈਂਡ ਨਹੀਂ ਮੈਂ ਲੁੱਕ ਡਾਊਨ ਪਾਉਂ ਨਹੀਂ ਕਰਦਾ ਕਦੇ ਮੈਨੂੰ ਇਹ ਹੈਗਾ ਕਿ ਠੀਕਾ ਉਹਨੂੰ ਜ਼ਿੰਦਗੀ 'ਚ ਸ਼ਾਇਦ ਮੌਕਾ ਨਹੀਂ ਮਿਲਿਆ ਉਹਨੂੰ ਇਦਾਂ ਦੀ ਪੈਰੈਂਟਿੰਗ ਨਹੀਂ ਮਿਲੀ ਜਾਂ ਉਹਨੂੰ ਸਕੂਲਿੰਗ ਨਹੀਂ ਮਿਲੀ ਜਾਂ ਉਹਨੂੰ ਸਾਥੀ ਨਹੀਂ ਮਿਲੇ ਕੋ ਸਾਡੇ ਸਾਡੇ ਵੀ ਹਾਲਾਤੇ ਹੋ ਸਕਦੇ ਸੀ ਇਹਦੇ 'ਚ ਸੋ ਮੈਂ ਆਖਰੀ ਸਵਾਲ ਤੇ ਆਂਦੀ ਆ ਅੱਜ ਬਿਕੋਜ਼ ਅਸੀਂ ਦੇਖ ਰਹੇ ਆ ਪੰਜਾਬ ਤੇ ਜੋ ਬਿਕੋਜ਼ ਜੋ ਹਾਲਾਤ ਨੇ ਨੌਜਵਾਨ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਹਜ਼ਾਰਾਂ ਰਿਕੁਐਸਟ ਆਈ ਹੋਈਆਂ ਇੱਕ ਜੇ ਆਖਿਰ ਤੁਸੀਂ ਮੈਨੂੰ ਇੱਕ ਚੰਗਾ ਜਿਹਾ ਮੈਸੇਜ ਫॉर द ਨੌਜਵਾਨ ਜਿਹੜੇ ਇਹਨਾਂ ਨੂੰ ਵੇਖ ਕੇ ਇਹਨਾਂ ਨੂੰ ਗਲੈਮਰਾਇਜ਼ ਹੋ ਕੇ ਨਵਾਂ ਜਾ ਰਹੇ ਨੇ ਉਹਨਾਂ ਵਾਸਤੇ ਇੱਕ ਮੈਸੇਜ ਮੈਂ ਹਾਂ ਇਹ ਤੁਸੀਂ ਚੰਗਾ ਸਵਾਲ ਪੁੱਛਿਆ ਮੈਂ ਤੁਹਾਨੂੰ ਇਹ 100% ਦੀ ਨਾ ਕਹਿ ਸਕਦਾ ਹੈਗਾ ਇਹ ਸਾਰੇ ਜਿੰਨੇ ਗੈਂਗਸਟਰ ਜਿੰਨੇ ਨੇ ਕਾਫੀ ਜ਼ਿਆਦਾ ਮਸੀਹ ਨਾਲ ਕੀਤਾ ਇਹ ਸਾਰੇ ਰਿਗ੍ਰੀਟ ਕਰਦੇ ਆ ਇਹ ਸਾਰੇ ਹੀ ਆਪਣਾ ਮਾਰਗ ਬਦਲਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਲੈਵਲ ਤੇ ਪਰ ਇਹਨਾਂ ਨੂੰ ਪਤਾ ਵੀ ਇਹਦੇ ਚੋਂ ਬਾਹਰ ਆਣਾ ਜੇ 50 50 ਕੇਸ ਨੇ ਉਹਨਾਂ ਨੂੰ ਪਤਾ 10 10 15 15 ਸਾਲ ਮੁੱਕਣੇ ਨਹੀਂ ਸੋ ਇਹ ਤਾਂ ਜਿਹੜਾ ਪਹਿਲਾਂ ਹੀ ਸਟੈਪ ਨਾ ਲਊਗਾ ਆਪਣੇ ਆਪ ਨੂੰ ਬਚਾਊਗਾ ਜਾਂ ਇਨਫਲੂਐਂਸ ਨਹੀਂ ਹੋਗਾ ਜਾਂ ਮਾਂ ਪਿਓ ਦੀ ਸੁਣੂਗਾ ਸੋ ਅੱਦਾ ਤਾਂ ਉੱਥੇ ਹੁੰਦਾ ਕਿ ਆਪਾਂ ਮਾਪੇ ਉਹਨੂੰ ਗੱਲਾਂ ਦੱਸਦੇ ਨਹੀਂ ਮਾਪੇ ਉਹ ਤਾਂ ਕਿਸੇ ਦੇ ਵੀ ਨਹੀਂ ਚਾਹੁੰਦੇ ਐਕਚੁਅਲੀ ਸਾਡਾ ਬੱਚਾ ਕ੍ਰਾਈਮ ਕਰੇ ਜੀ ਦੇਖਿਆ ਜਾਏ ਸੋ ਚਲੋ ਰਿਲੀਜੀਅਸ ਫਿਲਾਸਫੀ ਦਾ ਇੱਕ ਮੈਂਟਲ ਅਵਸਥਾ ਕਿਸੇ ਲੈਵਲ ਤੇ ਜਾ ਕੇ ਤੁਸੀਂ ਉਹਨੂੰ ਮੰਨਣਾ ਸ਼ੁਰੂ ਕਰਦੇ ਹੋ ਜਿਉਣਾ ਸ਼ੁਰੂ ਕਰਦੇ ਹੋ ਮੱਥਾ ਤਾਂ ਆਪਾਂ ਟੇਕਦੇ ਆਂ ਬਟ ਕਿੰਨਾ ਆਪਾਂ ਡੇ ਟੂ ਡੇ ਜ਼ਿੰਦਗੀ ਚ ਉਹਨੂੰ ਅਡਾਪਟ ਕਰ ਪਾਣੇ ਆ ਸ ਵੱਡੀ ਗਲਤ ਹੈ ਹੈਗੀ ਆ ਸੋ ਆਈ ਥਿੰਕ ਬੋਰਡ ਇਨਫਲੂਐਂਸ ਹੁੰਦਾ ਕਿ ਤੁਹਾਡੇ ਸਾਥੀ ਕੌਣ ਨੇ ਪੈਰੈਂਟਿੰਗ ਦਾ ਸਬਦੀ ਹੀ ਤਕਰੀਬਨ ਚੰਗੀ ਮਾਪਿ ਵਾਪਤਾ ਮੈਂ ਨਹੀਂ ਦੇਖਿਆ ਕਿਸੇ ਦੇ ਚਾਉਂਦੇ ਨੇ ਪਰ ਨਾਰਮਲੀ ਕੀ ਹੁੰਦਾ ਤੁਹਾਨੂੰ ਕਈ ਵਾਰ ਸਾਥ ਇਦਾਂ ਦਾ ਮਿਲ ਜਾਂਦਾ ਕਈ ਵਾਰ ਪੀਅਰ ਪ੍ਰੈਸ਼ਰ ਹੁੰਦਾ ਹੁਣ ਤੁਹਾਡੀ ਲੜਾਈ ਹੋ ਗਈ ਤੁਸੀਂ ਚਾਰ ਦੋਸਤੋਂ ਹੁਣ ਜੇ ਇੱਕ ਜਣਾ ਤੁਹਾਡਾ ਦੋਸਤ ਕੁੱਟਿਆ ਗਿਆ ਉਹ ਕਹਿੰਦੇ ਯਾਰ ਤੈਨੂੰ ਕੁੱਟਿਆ ਜੇ ਤੁਸੀਂ ਬਾਹਰ ਹਟਦੇ ਹੋ ਤਾਂ ਕਹਿੰਦੇ ਵੀ ਸਾਲਾ ਇਹ ਤਾਂ ਭੱਜ ਗਿਆ ਡਰਪੋਕ ਕਈ ਵਾਰ ਤੁਸੀਂ ਨਾਲ ਹੀ ਚਲੇ ਜਾਂਦੇ ਹੋ ਕਿ ਅਸੀਂ ਲੈਣਾ ਸੋ ਪੀਅਰ ਪ੍ਰੈਸ਼ਰ ਬੜੀ ਵੱਡੀ ਗੱਲ ਹੈ ਝੁੱਠੀ ਸ਼ਾਨ ਵੀ ਪਿੱਛੇ ਤੁਸੀਂ ਸ਼ਾਨ ਦੇ ਨਾਲੋਂ ਪੀਅਰ ਪ੍ਰੈਸ਼ਰ ਬਹੁਤ ਹੁੰਦਾ ਤੁਸੀਂ ਮਤਲਬ ਫਿਰ ਕਈ ਨਾ ਚੁਏ ਵੀ ਨੇ ਮਤਲਬ ਉਹ ਫਿਰ ਉਹ ਤਾਂ ਅੱਗੇ ਦੀ ਅੱਗੇ ਵੱਧਦਾ ਹੀ ਜਾਣਾ ਉਹ ਤਾਂ ਕਮ ਮਤਲਬ ਉਹਦੇ ਚੋਂ ਪਿੱਛੇ ਮੁੜਨ ਦਾ ਕੋਈ ਹੈ ਨਹੀਂਗਾ ਇਹਦਾ ਜਿਆਦਾ ਰਸਤਾ ਹੈ ਨਹੀਂਗਾ ਯੂ ਟਰਨ ਸਰ ਇੱਕ ਚੀਜ਼ ਮਨੇ ਜਾਂਦੇ ਕਿ ਜੇਲ ਦੇ ਅੰਦਰ ਗੈਂਗਸਟਰ ਬੜੀ ਐਸ਼ੋ ਰਾਮ ਨਰਨ ਰਹਿੰਦੇ ਹੈ ਵੀਆਪੀ ਸੈਲ ਹੁੰਦੇ ਹੈ ਇਹਨਾਂ ਕੋਲ ਇੰਨਾ ਪੈਸਾ ਹੁੰਦਾ ਕਿ ਇਹਨਾਂ ਦੀ ਸੇਵਾ ਹੋ ਰਹੀ ਹੁੰਦੀ ਹੈਗੀ ਸੋ ਸਭ ਕੁਝ ਅਵੇਲੇਬਲ ਹੁੰਦਾ ਸੋ ਇਹ ਸਚਾਈ ਹੈ ਕਿੰਨੀ ਹੈ ਨਹੀਂ ਕੁਝ ਜ਼ਿਲਾਂ ਚ ਹੋ ਸਕਦੀ ਆ ਕੁਝ ਜ਼ਿਲਾਂ ਚ ਇੰਨਾ ਤਾਂ ਨਹੀਂ ਹੋ ਸਕਦਾ ਮਤਲਬ ਕੁਝ ਹੱਦ ਤੱਕ ਸੱਚੀਆਂ ਹੋ ਸਕਦੀਆਂ ਨੇ ਗੱਲਾਂ ਕੁਝ ਜ਼ਿਲਾਂ ਚ ਪਰ ਹੁਣ ਜਿੱਦਾਂ ਦੋ ਤਿੰਨ ਜ਼ਿਲਾਂ ਤੇ ਤਾਂ ਅਸੀਂ ਕਾਫੀ ਅੰਦਰ ਕੀਤਾ ਉਹ ਬੜੈਲ ਜੇਲ ਬ੍ਰੇਕ ਹੋਇਆ ਤਾਂ ਅਸੀਂ ਕਾਫੀ ਅੰਦਰ ਉਹਨਾਂ ਦਾ ਦੇਖਿਆ ਇਹ ਸਿਸਟਮ ਤੇ ਹਾਰਡ ਚ ਤਾਂ ਬਹੁਤ ਵਾਰ ਗਏ ਆ ਉੱਥੇ ਕੋਈ ਏਦਾਂ ਦਾ ਸਾਰਾ ਕੁਝ ਕੰਪਿਊਟਰਾਈਜ਼ਡ ਆ ਸਭ ਕੁਝ ਸੀਸੀਟੀਵੀ ਦੇ ਵਿੱਚ ਮੋਨੀਟਰਡ ਹੈਗਾ ਇਨਾਂ ਦੀ ਔਖੀ ਲਾਈਫ ਹੁੰਦੀ ਹੈ ਜੇਲ੍ਹ ਵਿੱਚ ਵੀ ਹਾਂ ਹਾਂ ਔਖੀ ਹੁੰਦੀ ਹੈ ਇਹਨਾਂ ਨੂੰ ਅਰਾਈਵਲ ਗੈਂਗਸਟਰ ਨੇ ਉਹਨਾਂ ਤੋਂ ਡਰਾ ਕਈ ਖਾਣਾ ਨਹੀਂ ਖਾਂਦੇ ਨੂੰ ਲੱਗਦਾ ਪాయిਜ਼ਨ ਕਰਤਾ ਸਾਡੇ ਸਾਥੀਆਂ ਨੇ ਇਹ ਬਾਹਰ ਜਿਹੜਾ ਲੱਗਦਾ ਠੀਕ ਆ ਕੋਰਟ ਦੀ ਪੇਸ਼ੀ ਚ ਪੇਅਰ ਹੋਇਆ ਕੱਪੜੇ ਸਿਵਲ ਪਾਏ ਹੋਏ ਨੇ ਕਿਸੇ ਨੇ ਬ੍ਰਾਂਡਡ ਟੀ-ਸ਼ਰਟ ਪਾ ਲਈ ਤੇ ਉਹਨੂੰ ਦੇਖ ਕੇ ਤੁਸੀਂ ਸੋਚੋ ਵੀ ਅੰਦਰ ਬੜੀ ਐਸ਼ ਕਰ ਰਿਹਾ ਤਾਂ ਅੰਦਰ ਤਾਂ ਜੇਲ੍ਹ ਵਾਲੇ ਕੱਪੜੇ ਪਾਏ ਹੋਏ ਨੇ ਐਂਡ ਇੱਕ ਸੈੱਲ 'ਚ ਰਹਿ ਰਿਹਾ ਉਹਦੇ ਸੈੱਲ ਸੋ ਜੇ ਤੂੰ ਸੋਚੋ ਵੀ ਉਹਦੇ ਅੰਦਰ ਕੋਈ ਮਤਲਬ ਬਹੁਤ ਕੋਈ ਐਸ਼ ਆਰਾਮ ਦੀ ਜ਼ਿੰਦਗੀ ਆ ਤਾਂ ਐਦਾਂ ਹੁੰਦਾ ਨਹੀਂ ਹੈਗਾ ਕੋਈ ਕਿਸੇ ਸਟੇਜ ਤੇ ਕਿਸੇ ਕੋਈ ਯਾਹਨੋ ਕਿਸੇ ਕਲਾਸ ਦੇ ਪ੍ਰिजनਰ ਨੂੰ ਕੋਈ ਸਪੈਸ਼ਲ ਫੈਸਿਲਿਟੀ ਮਿਲ ਗਈ ਹੋਵੇ ਇਹਦੇ ਬਾਰੇ ਤਾਂ ਨਹੀਂ ਮੈਂ ਕਹਿ ਸਕਦਾ ਵੀ ਜਿਹੜੀ ਆਮ ਚਾਹੇ ਗੈਂਗਸਟਰ ਕਹ ਲੋ ਚਾਹੇ ਕ੍ਰਿਮੀਨਲ ਕਹ ਲੋ ਚਾਹੇ ਉਹ ਕਹ ਰੋਤਾ ਲਾਈਫ ਤਾਂ ਉੱਥੇ ਇੱਕ ਤਰੀਕਾ ਔਖੀ ਆ ਇੰਨੀ ਸੁਖੀ ਨਹੀਂ ਹੈਗੀ ਸੋ ਆਈ ਮੈਂ ਉਮੀਦ ਕਰਦੀ ਆ ਕਿ ਇਹ ਲਵਸ ਤੁਹਾਡੇ ਜ਼ਰੂਰ ਨੌਜਵਾਨ ਸੁਣਨ ਬਿਕੋਜ਼ ਉਹ ਇਹ ਇੱਕ ਇੱਕ ਛੋਟੀ ਆਈ ਥਿੰਕ ਪਲ ਹੁੰਦਾ ਹੈ ਜੇ ਤੁਸੀਂ ਇਸ ਰਸਤਾ ਚੁਣਨਾ ਹੈ ਉਹ ਰਸਤੇ ਚੁਣੋ ਜਿਵੇਂ ਤੁਸੀਂ ਵੀ ਪੰਜਾਬ ਯੂਨੀਵਰਸਿਟੀ ਤੇ ਲਾਰੈਂਸ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਮਾਲਵੇ ਦੇ ਰੀਜਨ ਦੇ ਮਤਲਬ ਉਹ ਇਹ ਰਸਤਾ ਕਿਹੜਾ ਚੁਣਨਾ ਹੈ ਉਹ ਆਖਿਰ ਵਿੱਚ ਤਾਕਤ ਤੁਹਾਡੇ ਕੋਲ ਹੁੰਦੀ ਹੈ ਚੁਣਨ ਦੀ ਸੋ ਜੇ ਤੁਹਾਡੇ ਲਵਸ ਬਿਕੋਜ਼ ਮਾਬਾਬ ਦੇ ਲਵਜ਼ ਆਈ ਥਿੰਕ ਬੱਚੇ ਨਹੀਂ ਸੁਣਦੇ ਤੇ ਸ਼ਾਇਦ ਤੁਹਾਡੇ ਲਵ ਸੁਣ ਕੇ ਬਿਕੋਜ਼ ਇਨਾ ਮੈਨੂੰ ਜ਼ਰੂਰ ਪਤਾ ਤੁਹਾਡੇ ਪੰਜਾਬ ਵਿੱਚ ਤੁਹਾਡੇ ਫਾਲੋਅਰਸ ਬੜੇ ਨੇ ਤਾਂ ਜੋ ਲੋਕ ਯੂ ਨੋ ਤਾਨੂ ਤੁਹਾਡੇ ਕੰਮ ਦੇ ਤੁਹਾਡੇ ਪੈਸ਼ਨ ਦੇ ਬਹੁਤ ਮੁਰীদ ਨੇ ਸੋ ਉਹ ਜ਼ਰੂਰ ਆਈ ਹੋਪ ਤੁਹਾਡੀ ਗੱਲ ਸੁਣ ਕੇ ਥੋੜੇ ਪ੍ਰੇਰਿਤ ਹੋਣ ਤੇ ਚੋਣ ਬੋਲੇ ਤੁਹਾਡੇ ਲਵ ਸੇ ਯਾਦ ਰੱਖਣ ਸਾਡੇ ਨਾਲ ਇੱਕ ਗੱਲਾਂ ਸਾਂਝੀਆਂ ਕਰਨ ਲਈ ਕੁਝ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ